ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਚੰਨ ਗੁਜਰੀ ਦਾ ਬੇਪਰਵਾਹ ਤੇਗਾਂ ਤੀਰਾਂ ਨਾਲ ਖੇਡਦਾ। ਜੰਮੇ ਹੀ ਪਟਨੇ ਸਾਹਿਬ ਮਹਾਰਾਜ ਕਰਗੀਧਰ ਪਾਤਸ਼ਾਹ ਖਿਡੌਣਿਆਂ ਨਾਲ ਨਹੀਂ ਖੇਡੇ, ਤੀਗਾਂ ਤੀਰਾਂ ਨਾਲ ਖੇਡੇ ਆ, ਤੇ ਇਹ ਤੇ ਪੈਦਾ ਹੀ ਖੰਡੇ ਦੀ ਧਾਰ ਚ ਹੋਏ ਨੇ। ਸਿੰਘਣ ਪਾਹੁਲ ਖੰਡੇ ਕੀ ਦਈ, ਜੋ ਖਾਲਸੇ ਨੂੰ ਖੰਡੇ ਦੀ ਪਾਹੁਲ ਦਿੱਤੀ ਹੈ। ਸਿੰਘਣ ਗੁੜਤੀ ਖੰਡੇ ਕੀ ਲਈ, ਜਿਵੇਂ ਜੰਮਦੇ ਬੱਚੇ ਨੂੰ ਗੁੜਤੀ ਦਿੰਦੇ, ਜਿਹਦੀ ਗੁੜਤੀ ਦਈਏ ਨਾ ਉਹਦਾ ਅਸਰ ਹੁੰਦਾ। ਸਿਆਣੇ ਕਹਿੰਦੇ ਵੀ ਇਹਨੂੰ ਫਲਾਣੇ ਦੀ ਗੁੜਤੀ ਹੈ, ਜੇ ਕੋਈ ਬੰਦਾ ਜਿਹੜਾ ਉਹਦਾ ਸੁਭਾਅ ਬੱਚੇ ਦਾ ਨਿਕਲ ਆਵੇ ਨਾ, ਤੇ ਫਿਰ ਉਹਨੂੰ ਕਹਿੰਦੇ ਸੁਭਾਅ ਕਿੱਥੇ ਗਿਆ, ਕਹਿੰਦੇ ਉਹ ਫਲਾਣੇ ਨੇ ਗੁੜਤੀ ਦਿੱਤੀ ਸੀ ਉਹਦੇ 'ਤੇ ਸੁਭਾਅ ਗਿਆ। ਕਹਿੰਦੇ ਇਹਨਾਂ ਨੂੰ ਖੰਡੇ ਨੇ ਗੁੜਤੀ ਦਿੱਤੀ ਆ, ਖੰਡੇ ਵਾਲਾ ਹੀ ਸੁਭਾਅ ਇਹਨਾਂ ਦਾ। ਸਿਰ ਪਰ ਚੱਕਰ ਕਰਦਾ ਧਾਰਾ, ਇਹ ਕੈਪਟਨ ਮਰੀ ਤੂੰ ਸਾਡੇ ਦੁਮਾਲੇ ਨਹੀਂ ਦੇਖੇ, ਉਹ ਸਾਡੇ ਦੇ ਸਿਰ ਦੇ ਉੱਤੇ ਵੀ ਖੰਡੇ ਚੱਕਰ ਲਿਸ਼ਕਦੇ ਆ, ਸਾਡੇ ਸਿਰ ਦੇ ਉੱਤੇ ਚੱਕਰ ਤੇ ਦੁਮਾਲੇ ਦੇ ਉੱਤੇ ਖੰਡੇ ਤੇ ਕਿਰਪਾਨਾਂ ਲੱਗੀਆਂ ਹੁੰਦੀਆਂ ਨੇ। ਕਦ ਵਹ ਲੁਕੈ ਜਿਮ ਛੇਰ ਨਖ ਵਾਰੈ, ਜਿਵੇਂ ਨੋਹਾਂ ਵਾਲਾ ਨੋਂਦਰਾਂ ਵਾਲਾ ਸ਼ੇਰ ਲੁਕਦਾ ਨਹੀਂ, ਉਹਦੀਆਂ ਨੋਂਦਰਾਂ ਦੱਸਦੀਆਂ ਵੀ ਇਹ ਸ਼ੇਰ ਹੈ, ਇਸੇ ਤਰ੍ਹਾਂ ਸਿੰਘਾਂ ਦੇ ਸਿਰ ਤੇ ਚੱਕਰ ਤੇ ਖੰਡੇ ਹੀ ਦੱਸਦੇ ਆ ਵੀ ਸਿੰਘ ਹਨ। ਪੰਥ ਰਚਿਓ ਇਮ ਸਤਿਗੁਰ ਪੂਰੇ, ਇਹ ਪੰਥ ਸ੍ਰੀ ਕਲਗੀਧਰ ਮਹਾਰਾਜ ਦਸਵੇਂ ਪਾਤਸ਼ਾਹ ਪੂਰੇ ਸਤਿਗੁਰਾਂ ਨੇ ਰਚਿਆ, ਜੇ ਆਪ ਪਰਮੇਸ਼ਰ ਦਾ ਰੂਪ ਸਨ। ਯੁੱਧੇ ਖਾਤਰ ਕਰਨ ਜ਼ਰੂਰੇ, ਯੁੱਧ ਵਾਸਤੇ ਰਚਿਆ ਹੈ, ਧਰਮ ਯੁੱਧ ਵਾਸਤੇ। ਅਵਰ ਬਾਸ਼ਨਾ ਨਾਹੇ ਪ੍ਰਭ, ਧਰਮ ਯੁੱਧ ਕੇ ਚਾਏ, ਇੱਕ ਧਰਮ ਯੁੱਧ ਦੀ ਇੱਛਾ ਲੈ ਕੇ ਖਾਲਸਾ ਸਾਜਿਆ ਹੈ। ਬਿਨ ਯੁੱਧੈ ਕਬ ਪਈਅਤ ਪਤਸ਼ਾਹੀ, ਔਰ ਇਹ ਕੈਪਟਨ ਸਾਹਿਬ ਤੁਸੀਂ ਸਿਆਣੇ ਹੋ, ਬਿਨਾਂ ਯੁੱਧ ਦੇ ਪਾਤਸ਼ਾਹੀ ਕੌਣ ਦਿੰਦਾ ਹੈ, ਤੁਸੀਂ ਇੱਥੇ ਆ ਕੇ ਰਾਜ ਕਰ ਰਹੇ ਹੋ, ਜੰਗ ਕਰਕੇ ਕੀਤਾ ਨਾ, ਤੁਹਾਨੂੰ ਕਿਸੇ ਨੇ ਪਰੋਸ ਕੇ ਰਾਜ ਦਿੱਤਾ, ਬਿਨਾਂ ਸ਼ਸਤਰਾਂ ਦੇ ਬਿਨਾਂ ਬਲ ਦੇ ਕੋਊ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੁਣ ਲੈ, ਖਾਲਸੇ ਨੇ ਤੇਗਾ ਮਾਰ ਕੇ ਰਾਜ ਲਿਆ ਹੈ। ਆਦ ਯੁੱਧੈ ਬਿਦ ਗੁਰੂ ਉਠਾਈ, ਇਹ ਮੁੱਢ ਤੋਂ ਹੀ ਗੁਰੂਆਂ ਨੇ ਯੁੱਧ ਦੀ ਬਿਦ ਬਣਾਈ, ਪਹਿਲਾਂ ਛੇਵੇਂ ਜਾਮੇ 'ਚ ਮੀਰੀ ਪੀਰੀ ਦੇ ਤੇਗਾ ਧਾਰ ਕੇ ਚਾਰ ਜੰਗਾਂ ਲੜੀਆਂ, ਦਸਵੇਂ ਜਾਮੇ ਵਿੱਚ ਤੇ ਫਿਰ ਖਾਲਸਾ ਤੇਜਸਵੀ ਸੂਰਬੀਰ ਯੋਧਾ ਪੰਥ ਪੈਦਾ ਕਰ ਦਿੱਤਾ। ਦੋਹਰਾ ਗੁਰੂਆਂ ਮਦ ਪਤਸ਼ਾਹ ਤੇ ਵਧਿਓ ਹੁਤੋ ਥੋ ਬੈਰ, ਪਹਿਲਾਂ ਤੋਂ ਹੀ ਗੁਰੂਆਂ ਦਾ ਤੇ ਪਾਤਸ਼ਾਹ ਦਾ ਵੈਰ ਵਧਿਆ ਹੋਇਆ ਸੀ, ਸੁਲਾਹ ਕਿੱਥੇ ਹੋ ਸਕਦੀ ਸੀ, ਸੁਲਾਹ ਹੁੰਦੀ ਤੇ ਤੱਤੀ ਤਵੀ ਤੇ ਕਿਉਂ ਬਾਂਧੇ, ਸੁਲਾਹ ਹੁੰਦੀ ਤੇ ਚਾਂਦਨੀ ਚੌਂਕ 'ਚ ਕਿਉਂ ਸ਼ਹੀਦ ਕਰਦੇ, ਜੇ ਸੁਲਾਹ ਹੁੰਦੀ ਨੀਹਾਂ 'ਚ ਕਿਉਂ ਚਿਣਦੇ, ਉਹਨਾਂ ਨੇ ਜੋ ਕੁਝ ਕੀਤਾ ਸੁਲਾਹ ਦੇ ਅਨੁਸਾਰ ਤਾਂ ਨਹੀਂ ਨਾ ਕੀਤਾ, ਸੁਲਾਹ ਹੋਈ ਨਹੀਂ। ਹਾਂਜੀ, ਗੁਰੂ ਤੇਗ ਬਹਾਦਰ ਸਿਰ ਦਇਓ ਉਨ ਸਿੱਖ ਕਰੇ ਕਿਮ ਖੈਰ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲਾਇਆ ਉਹ ਕਦੀ ਖੈਰ ਨਹੀਂ ਕਰ ਸਕਦੇ, ਸਾਡਾ ਭਲਾ ਨਹੀਂ ਮਨਾ ਸਕਦੇ। ਚਾਉ ਪਈ ਗੁਰ ਤੇਗ ਬਹਾਦਰ ਦੇਹ ਦਿੱਲੀ ਲਾਈ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਜਾ ਕੇ ਸ਼ਹੀਦੀ ਪਾਈ ਹੈ ਚਾਂਦਨੀ ਚੌਂਕ ਵਿੱਚ 11 ਨਵੰਬਰ 1675 ਨੂੰ। ਦਿੱਲੀ ਪਤ ਉਨ ਜੜ ਉਖੜਾਈ, ਔਰ ਦਿੱਲੀ ਦੇ ਬਾਦਸ਼ਾਹ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਸ਼ਹੀਦੀ ਪਾ ਕੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੇ ਮੁਗਲਾਂ ਦੀ ਜੜ੍ਹ ਪੁੱਟ ਦਿੱਤੀ ਹੈ। ਗੁਰ ਗੋਬਿੰਦ ਸਿੰਘ 100 ਲੱਖ ਲਈ, ਸ੍ਰੀ ਕਲਗੀਧਰ ਮਹਾਰਾਜ ਜਾਣੀ ਜਾਣ ਨੇ ਉਹ ਸਾਰੀ ਗੱਲ ਸਮਝ ਲਈ, ਵੇਖ ਲਈ ਵੀ ਇਹ ਜਿਹੜੀ ਗੱਲ ਹੈ ਹੱਥਾਂ ਬਾਝ ਕਰਾਰਿਆਂ ਵੈਰੀ ਹੋਣ ਨਾ ਮਿੱਤ, ਹੁਣ ਸ਼ਸਤਰਾਂ ਤੋਂ ਬਿਨਾਂ ਇਹਨਾਂ ਵੈਰੀਆਂ ਨੇ ਮਿੱਤਰ ਨਹੀਂ ਉਹ ਬਣਨਾ। ਅਬ ਤੁਰਕਣ ਜੜ ਸੁੱਕ ਸੋ ਗਈ, ਮਹਾਰਾਜ ਜਾਣ ਗਏ ਸਨ ਵੀ ਸਤਿਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੇ ਇਹਨਾਂ ਦੀ ਜੜ ਸੁਕਾ ਦਿੱਤੀ ਅੰਦਰ ਇਹਨਾਂ ਦੇ, ਕਿਉਂਕਿ ਜਦੋਂ ਪਾਪ ਆ ਜਾਂਦਾ ਤੇ ਪਾਪ ਬੰਦੇ ਦਾ ਬਲ ਘਟਾ ਦਿੰਦਾ, ਇਹਨਾਂ ਦਾ ਤਪ ਤੇਜ ਜਿਹੜਾ ਸੀ ਉਹ ਖਤਮ ਹੋ ਗਿਆ ਹੁਣ। ਪਰ ਕਟੈ ਪੱਕੈ ਬਿਨ ਗਿਰੈ ਸੋ ਨਾਹੀ, ਪਰ ਜਿੰਨਾ ਚਿਰ ਹੁਣ ਪੱਕਦੀ ਨਹੀਂ ਉਹਨਾਂ ਚਿਰ ਤੇ ਨਹੀਂ ਨਾ ਡਿੱਗਣੀ, ਜਦੋਂ ਪੂਰੀ ਤਰ੍ਹਾਂ ਪੱਕ ਜਾਏਗੀ ਦਰਖਤ ਨਾਲੋਂ ਪੱਕ ਕੇ ਫਲ ਡਿੱਗ ਪੈਂਦਾ, ਇਹ ਤਾਂ ਇਹਨਾਂ ਦੇ ਪਾਪਾਂ ਦਾ ਫਲ ਹੁਣ ਪੱਕਣ ਵਾਲਾ,
ਤੇ ਜਦੋਂ ਪੂਰਾ ਪੱਕ ਗਿਆ ਫਿਰ ਡਿੱਗ ਪਏਗਾ। ਅਕਾ ਗਿਰੇ ਵੱਡ ਪੌਣ ਵਗਾਹੇ, ਜਾਂ ਕੋਈ ਤੂਫਾਨ ਆਏਗਾ ਵੱਡਾ ਸਾਰਾ ਤੇ ਇਹ ਫਲ ਇਹ ਦਰਖਤ ਜੜੋਂ ਪੁੱਟਿਆ ਜਾਏਗਾ। ਅਬ ਇਨ ਪਰ ਪੌਣ ਖੰਡੇ ਚਲ ਵਈਆ, ਹੁਣ ਫਿਰ ਤੂਫਾਨ ਲਿਆ ਹੀ ਏ, ਤੂਫਾਨ ਕਿਹੜਾ ਆਵੇਗਾ ਖੰਡੇ ਦਾ, ਹੁਣ ਖੰਡੇ ਦੀ ਹਵਾ ਚੱਲੇਗੀ। ਮਾਰ ਇਸੇ ਢੱਬ ਇਹਨਾਂ ਗਿਰਈਆ, ਹੁਣ ਇਸੇ ਤਰੀਕੇ ਨਾਲ ਇਹ ਦਰਖਤ ਢਾਇਆ ਜਾਏਗਾ ਤੁਰਕਾਂ ਮੁਗਲਾਂ ਦਾ। ਤਾਂ ਸਤਿਗੁਰ ਨਿਜ ਫੜ ਤਲਵਾਰ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਗ ਫੜ ਲਈ। ਅਬ ਲਈਐ ਪਤ ਸਾਹੀ ਤੁਰਕਨ ਮਾਰ, ਮਹਾਰਾਜ ਕਹਿੰਦੇ ਖਾਲਸਾ ਜੀ ਤਗੜੇ ਹੋ ਜਾਓ, ਤੁਹਾਨੂੰ ਰਾਜ ਲੈ ਕੇ ਦਿਆਂਗੇ, ਤੇਗਾਂ ਮਾਰੋ ਤੇ ਰਾਜ ਲਵੋ। ਤਾਂ ਕਲਗੀਧਰ ਪਾਤਸ਼ਾਹ ਦੇ ਬਚਨ ਸਨ, ਸੂਰਮੇ ਦੀਆਂ ਦੋਵਾਂ ਬਾਹਾਂ ਦੇ ਵਿੱਚ ਦੋਵਾਂ ਜਹਾਨਾਂ ਦੇ ਸੁੱਖ ਲਟਕਦੇ ਡੋਲਿਆਂ ਦੇ ਨਾਲ, ਸ਼ਹੀਦੀ ਪਾ ਜਾਵੇ ਤੇ ਸੱਚਖੰਡ ਦਾ ਸੁੱਖ, ਜੇ ਉਹ ਸੂਰਮਾ ਜੰਗ ਜਿੱਤ ਜਾਵੇ ਤੇ ਰਾਜ ਦਾ ਸੁੱਖ, ਕਹਿੰਦੇ ਦੋਵੇਂ ਪਾਸੇ ਲੱਡੂ ਹਨ। ਸੋ ਮਹਾਰਾਜ ਦਸਵੇਂ ਪਾਤਸ਼ਾਹ ਸਿੰਘਾਂ ਨੂੰ ਇੰਨਾ ਬਲ ਦਿੱਤਾ ਹੈ। ਫਿਰ ਸਤਿਗੁਰ ਚਿਤ ਐਸ ਵਿਚਾਰੀ, ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਮਹਾਰਾਜ ਨੇ ਵਿਚਾਰ ਕੀਤੀ ਹੈ। ਹਮ ਕਿਆ ਕਰਨੀ ਸ਼ਾਹੀ ਨਿਕਾਰੀ, ਅਸੀਂ ਇਹ ਨਿਕਾਰੀ ਬਾਦਸ਼ਾਹੀ ਕਰਨੀ ਕੀ ਹੈ, ਅਸੀਂ ਥੋੜਾ ਰਾਜ ਲੈਣਾ, ਸਾਨੂੰ ਤਾਂ ਦਰਗਾਹੀ ਪਾਤਸ਼ਾਹੀਆਂ ਮਿਲੀਆਂ ਹੋਈਆਂ ਨੇ, ਲੱਖਾਂ ਪਾਤਸ਼ਾਹੀਆਂ ਚਰਨ ਚੁੰਮਦੀਆਂ ਹਨ, ਉਹਨਾਂ ਨੇ ਇਹ ਦੁਨਿਆਵੀ ਦਿੱਲੀ ਦਾ ਲਾਹੌਰ ਦਾ ਰਾਜ ਕੀ ਕਰਨਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਸ੍ਰੀ ਨਾਨਕ ਗੱਦੀ ਹਮ ਚਾਹੇ ਘਰੀ, ਸਾਡੇ ਕੋਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਹੈ, ਵੱਡਾ ਤਖ਼ਤ ਹੈ, ਵੱਡਾ ਰਾਜ ਹੈ, ਇਹਦੇ ਬਰਾਬਰ ਸੰਸਾਰ ਦੀ ਕੋਈ ਬਾਦਸ਼ਾਹ ਨਹੀਂ ਹੈ। ਜਿਸੈ ਪਤ ਸ਼ਾਹੀ ਚਰਨੀ ਪਰੀ, ਉਹ ਗੁਰੂ ਨਾਨਕ ਸਾਹਿਬ ਜਿਹਦੇ ਅੱਗੇ ਵੱਡੇ ਵੱਡੇ ਰਾਜੇ ਮਹਾਰਾਜੇ ਬਾਬਰ ਵਰਗੇ ਆ ਕੇ ਮੱਥਾ ਟੇਕਿਆ ਕਰਦੇ ਸਨ। ਹਮੈ ਪਤ ਸ਼ਾਹੀ ਕੀ ਕਿਆ ਪਰਵਾਹੇ, ਸ੍ਰੀ ਕਲਗੀਧਰ ਕਹਿੰਦੇ ਸਾਨੂੰ ਪਾਤਸ਼ਾਹੀ ਦੀ ਕੀ ਲੋੜ ਹੈ, ਅਸੀਂ ਪਾਤਸ਼ਾਹੀ ਕੀ ਕਰਨੀ ਹੈ। ਦੇ ਪਤ ਸ਼ਾਹੀ ਨਫਰਨ ਉਠਾਏ, ਅਸੀਂ ਆਪਣੇ ਸੇਵਕਾਂ ਨੂੰ ਬਾਦਸ਼ਾਹੀ ਲੈ ਕੇ ਦਿਆਂਗੇ, ਅਸੀਂ ਆਪ ਰਾਜ ਨਹੀਂ ਕਰਨਾ, ਆਪ ਰਾਜ ਦੀ ਇੱਛਾ ਨਹੀਂ ਕਲਗੀਧਰ ਜੀ ਨੇ ਕੀਤੀ, ਆਪਣੇ ਗਰੀਬ ਸਿੱਖਾਂ ਨੂੰ ਰਾਜ ਦਵਾਉਣ ਦੀ ਸੋਚਣ ਲੱਗੇ ਹਨ। ਦੋਹਰਾ ਸਤਿਗੁਰ ਚਿਤ ਮਦ ਇਮ ਠਟੀ, ਇਸ ਤਰ੍ਹਾਂ ਮਹਾਰਾਜ ਨੇ ਆਪਣੇ ਮਨ ਚ ਸੋਚਿਆ, ਦਈਐ ਰਾਜਨ ਰਾਜ ਉਠਾਏ, ਮਹਾਰਾਜ ਕਹਿੰਦੇ ਹੁਣ ਇਹਨਾਂ ਰਾਜਿਆਂ ਨੂੰ ਪਹਿਲਾਂ ਸਲਾਹ ਕੀਤੀ, ਰਵਾਲਸਰ ਦੀ ਧਰਤੀ ਹੈ, ਕਦੀ ਤੁਸੀਂ ਮਨੀਕਰਨ ਸਾਹਿਬ ਜਾਓ, ਰਸਤੇ ਵਿੱਚ ਰਵਾਲਸਰ ਆਉਂਦਾ ਹੈ, ਉੱਥੇ ਸਤਿਗੁਰੂ ਮਹਾਰਾਜ ਵਿਸਾਖੀ ਦੇ ਮੇਲੇ 'ਤੇ ਗਏ ਅਤੇ ਉੱਥੇ 22 ਧਾਰ ਦੇ ਰਾਜਿਆਂ ਨੂੰ ਸੱਦ ਕੇ ਮੀਟਿੰਗ ਕੀਤੀ ਕਲਗੀਧਰ ਪਾਤਸ਼ਾਹ ਨੇ। ਆ ਜਿਹੜੇ ਸਵਈਏ ਸਰਾਬਕ ਸੁੱਧ ਸਮੂਹ ਸਿਧਾਨ ਕੇ, ਇਹ ਵੀ ਉੱਥੇ ਉਹਨਾਂ ਨੂੰ ਸੁਣਾਏ ਮਹਾਰਾਜ ਨੇ। ਉੱਥੇ ਹੀ ਸਤਿਗੁਰਾਂ ਨੇ ਰਾਜਿਆਂ ਨੂੰ ਇਹ ਗੱਲ ਸਮਝਾਈ ਵੀ ਤੁਹਾਨੂੰ ਹਿੰਦੁਸਤਾਨ ਦਾ ਰਾਜ ਲੈ ਦੇਈਏ, ਦਿੱਲੀ ਦਾ ਤਖ਼ਤ ਲੈ ਦੇਈਏ, ਤੁਸੀਂ ਹਿੰਦੂ ਰਾਜੇ ਛੱਤਰੀ ਹੋ, ਸੂਰਬੀਰ ਬਹਾਦਰ ਯੋਧੇ ਹੋ, ਤੇਗਾਂ ਫੜੋ ਸਾਡੇ ਨਾਲ ਚੱਲੋ, ਤੁਹਾਨੂੰ ਦਿੱਲੀ ਦਾ ਤਖ਼ਤ ਲੈ ਦਿੰਦੇ ਹਾਂ, ਇਹ ਮੁਗਲਾਂ ਦੀ ਗੁਲਾਮੀ ਦੇ ਛੱਟ ਨੂੰ ਲਾਹ ਦਿਓ, ਆਜ਼ਾਦ ਹੋ ਜਾਓ, ਹਿੰਦੁਸਤਾਨ ਨੂੰ ਆਜ਼ਾਦ ਕਰਾ ਲਓ। ਜਦੋਂ ਕਲਗੀਧਰ ਪਾਤਸ਼ਾਹ ਨੇ ਇਹ ਵਿਚਾਰ ਕੀਤੀ ਸੀ, ਉਹਦਾ ਇਸ਼ਾਰਾ ਇੱਥੇ ਭਾਈ ਰਤਨ ਸਿੰਘ ਜੀ ਦੇ ਰਹੇ ਨੇ। ਸਭ ਰਾਜਨ ਇਹ ਪਰਬਤੀ ਦਈਆ ਖੰਡੋ ਫੜਵਾਏ, ਮਹਾਰਾਜ ਨੇ ਵਿਚਾਰ ਕੀਤੀ, ਪਹਾੜੀ ਰਾਜੇ ਰਾਜਪੂਤ ਰਾਜੇ ਹਨ, ਖਾਨਦਾਨੀ ਸੂਰਮੇ ਹਨ, ਇਹਨਾਂ ਨੂੰ ਤੇਗੇ ਫੜਾ ਦਈਏ, ਖੰਡੇ ਫੜਾ ਦਈਏ। ਚਾਉ ਪਏ ਫਿਰ ਸਤਿਗੁਰ ਚਿਤ ਸੋਝੀ ਆਈ, ਫਿਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਖਿਆ ਨਾ ਵੀ ਤੁਸੀਂ ਖੰਡੇ ਦਾ ਅੰਮ੍ਰਿਤ ਛਕੋ, ਤਿਆਰ ਬਰ ਤਿਆਰ ਹੋਵੋ, ਉਹ ਕਹਿੰਦੇ ਜੀ ਅਸੀਂ ਨੀਵੀਆਂ ਜਾਤਾਂ ਦੇ ਨਾਲ ਨਹੀਂ ਬਹਿ ਕੇ ਅੰਮ੍ਰਿਤ ਛਕਣਾ। ਤਾਂ ਸਤਿਗੁਰਾਂ ਨੇ ਵਿਚਾਰ ਕੀਤੀ, ਇਹ ਕਬ ਸਿੱਖ ਬਣੈ ਹਮ ਆਈ, ਇਹ ਰਾਜਪੂਤ ਰਾਜੇ ਹੰਕਾਰੀ ਨੇ, ਮਾਇਆ ਧਾਰੀ, ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਇਹ ਕਦੋਂ ਗੁਰੂ ਨਾਨਕ ਦੇ ਸਿੱਖ ਬਣਨਗੇ। ਮੁਫਤ ਨਿਆਮਤ ਇਨ ਕੰਮ ਦਈ ਇਨ ਕਿਮ ਦਈਐ, ਮੁਫਤ ਦੀ ਨਿਆਮਤ ਇਹਨਾਂ ਨੂੰ ਕਿਉਂ ਦਈਏ, ਇਹਨਾਂ ਨੂੰ ਕਿਉਂ ਵਡਿਆਈ ਦਈਏ, ਜੇ ਲੈਣ ਜੋਗੇ ਹੀ ਨਹੀਂ, ਇਹ ਤੇ ਹੰਕਾਰ ਦੇ ਵਿੱਚ ਆਫਰੇ ਫਿਰਦੇ ਵੀ ਅਸੀਂ ਵੱਡੇ ਹਾਂ ਵੱਡੇ ਹਾਂ,
ਆਪਣੇ ਆਪ ਨੂੰ ਵੱਡਾ ਕਵਾਉਂਦੇ ਆ। ਉਧਰੋਂ ਮੁਗਲਾਂ ਦੀ ਗੁਲਾਮੀ ਦੀ ਛੱਟ ਗਲ ਪਾਈ, ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨ ਜਾਈ, ਧੋਤੀ ਟਿੱਕਾ ਤੈਜਬ ਮਾਲੀ ਧਾਨ ਮਲੇਸ਼ਾਂ ਖਾਈ, ਅੰਤਰ ਪੂਜਾ ਪੜ੍ਹਾਂ ਕਿਤੇਬਾਂ ਸੰਜਮ ਤੁਰਕਾਂ ਭਾਈ। ਰਹਿਣਾ ਸਹਿਣਾ ਇਹਨਾਂ ਦਾ ਸਾਰਾ ਮੁਸ ਤੁਰਕਾਂ ਵਾਲਾ ਹੀ ਹੋ ਗਿਆ, ਅੰਦਰ ਉੱਤੋਂ ਕਹਿਣ ਨੂੰ ਹਿੰਦੂ ਹਨ ਪਰ ਵਿੱਚ ਮੁਸਲਮਾਨਾਂ ਵਾਲੀ ਹੀ ਗੁਲਾਮੀ ਆ ਗਈ ਇਹਨਾਂ ਦੇ। ਕਿਮ ਪੁੱਤ ਬੇਗਾਨੇ ਮੁੱਖ ਚੁਮਈਆ, ਕਲਗੀਧਰ ਕਹਿੰਦੇ ਬੇਗਾਨੇ ਪੁੱਤਾਂ ਦਾ ਮੂੰਹ ਚੁੰਮਣ ਦੀ ਕੀ ਲੋੜ ਹੈ, ਅਸੀਂ ਆਪਣਿਆਂ ਦਾ ਚੁੰਮਾਂਗੇ। ਕਿਤ ਮੂੰਹ ਪੁੱਤ ਬੇਗਾਨੇ ਮੂੰਹ ਚੁਮਈਏ, ਬੇਗਾਨੇ ਦਾ ਮੂੰਹ ਚੁੰਮੀਏ ਤੇ ਉਹ ਵੀ ਸੁੱਤੇ ਪਿਆ। ਉਹ ਕਹਿੰਦੇ ਵੀ ਜੇ ਕਿਸੇ ਦਾ ਮੂੰਹ ਵੀ ਚੁੰਮੀਏ ਤੇ ਸੁੱਤੇ ਪਿਆ ਚੁੰਮ ਲਈ, ਉਹਨੂੰ ਕੀ ਪਤਾ ਮੇਰਾ ਮੂੰਹ ਚੁੰਮਿਆ, ਇਹ ਸੁੱਤੇ ਹੀ ਨੇ, ਇਹਨਾਂ ਨੂੰ ਰਾਜ ਦਵਾ ਵੀ ਦਿਆਂਗੇ, ਇਹਨਾਂ ਨੇ ਤਾਂ ਸਾਡਾ ਧੰਨਵਾਦ ਥੋੜਾ ਕਰਨਾ ਵੀ ਗੁਰੂ ਨੇ ਤੇ ਸਾਨੂੰ ਦਵਾਇਆ ਕੁਝ। ਹਾਂਜੀ, ਓਏ ਪੱਥਰ ਪੂਜਕ ਭੇਜਣਾ ਨੀਰੋ, ਇਹ ਪੱਥਰ ਪੂਜ ਪੱਥਰਾਂ ਨੂੰ ਪੂਜ ਪੂਜ ਕੇ ਚਿੱਤ ਵੀ ਇਹਨਾਂ ਦੇ ਪੱਥਰ ਹੋ ਚੁੱਕੇ ਪਹਾੜੀਆਂ ਦੇ। ਇਹਨਾਂ ਦਾ ਜਿਵੇਂ ਪੱਥਰ ਪਾਣੀ 'ਚ 100 ਸਾਲ ਪਿਆ ਰਿਹਾ ਭਿੱਜਦਾ ਨਹੀਂ, ਇਹਨਾਂ ਦਾ ਚਿੱਤ ਵੀ ਭਿੱਜਦਾ ਕੋਈ ਨਹੀਂ। ਓਏ ਆਦ ਕ੍ਰਿਤ ਘਣ ਘਰ ਗੁਰ ਤੀਰੋ, ਇਹਦੇ ਪਹਾੜੀ ਰਾਜੇ ਨੇ ਅਕਿਰਤ ਘਣ ਨੇ, ਗੁਰੂ ਸਾਹਿਬ 6ਵੇਂ ਪਾਤਸ਼ਾਹ ਮਹਾਰਾਜ ਨੇ ਭੀਮ ਚੰਦ ਦੇ ਦਾਦੇ ਰਾਜਾ ਤਾਰਾ ਚੰਦ ਨੂੰ ਗਵਾਲੀਅਰ ਦੇ ਕਿਲੇ 'ਚੋਂ ਛੁਡਾ ਕੇ ਲਿਆਂਦਾ ਸੀਗਾ, 52 ਰਾਜੇ ਛੁਡਾਏ ਸੀ ਨਾ। ਭੀਮ ਚੰਦ ਦਾ ਜਿਹੜਾ ਦਾਦਾ ਸੀਗਾ ਤਾਰਾ ਚੰਦ, ਉਹਨੂੰ ਮਹਾਰਾਜ 6ਵੇਂ ਪਾਤਸ਼ਾਹ ਉਹਨਾਂ 52 ਰਾਜਿਆਂ ਦੇ ਵਿੱਚ ਲੈ ਕੇ ਆਏ ਸੀ ਕਹਿਲੂਰ ਦੇ ਰਾਜੇ ਨੂੰ। ਇਸੇ ਕਰਕੇ ਤਾਰਾ ਚੰਦ ਦੇ ਭੋਗ 'ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਨੇ, ਜਦੋਂ ਤਾਰਾ ਚੰਦ ਦੀ ਮੌਤ ਹੋਈ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉੱਥੇ ਗਏ ਨੇ, ਅਤੇ ਉੱਥੇ ਰਾਜਾ ਦੀਪ ਚੰਦ ਜਿਹੜਾ ਭੀਮ ਚੰਦ ਦਾ ਪਿਓ ਸੀ ਉਹਨੂੰ ਪੱਗ ਗੁਰੂ ਤੇਗ ਬਹਾਦਰ ਸਾਹਿਬ ਨੇ ਬਣਾਈ ਹੈ 9ਵੇਂ ਪਾਤਸ਼ਾਹ ਨੇ। ਅਤੇ ਤਾਰਾ ਚੰਦ ਦੀ ਘਰਵਾਲੀ ਜਿਹੜੀ ਮਹਾਰਾਜ ਦੀ ਪ੍ਰੇਮਣ ਸੀ ਗੁਰੂ ਘਰ ਦੀ ਬਿਰਧ ਮਾਤਾ, ਉਹਨੂੰ ਰਾਜ ਮਾਤਾ ਲਈ, ਉਹ ਰਾਜ ਮਾਤਾ ਨੇ ਆਨੰਦਪੁਰ ਸਾਹਿਬ ਦੀ ਜ਼ਮੀਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਟਾ ਕੀਤੀ। ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਵੀ ਰਾਣੀ ਅਸੀਂ ਇਹ ਜਿਹੜੀ ਜਗ੍ਹਾ ਹੈ ਨਾ ਅਸੀਂ ਇੱਦਾਂ ਨਹੀਂ ਲੈਣੀ, ਸਾਨੂੰ ਤੂੰ ਲਿਖ ਕੇ ਦੇ ਅਤੇ ਅਸੀਂ ਇਹਦੇ ਪੈਸੇ ਦੇਣੇ। ਉਹ ਕਹਿੰਦੀ ਮਹਾਰਾਜ ਪੈਸੇ ਨਹੀਂ ਮੈਂ ਲੈਣੇ, ਇਹ ਸਾਰੀ ਜ਼ਮੀਨ 500 ਕਿੱਲਾ ਜਾਂ ਜਿੰਨੀ ਵੀ ਜ਼ਮੀਨ ਹੈ 5-6 ਮੀਲ ਹੈ ਇਹ ਸਾਰਾ ਤੁਹਾਡਾ ਹੋ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨਹੀਂ ਪੈਸੇ ਦੇਵਾਂਗੇ ਅਸੀਂ। ਉਹਨੇ ਆਖਿਆ ਚਲੋ ਮਹਾਰਾਜ ਤੁਸੀਂ 500 ਰੁਪਈਆ ਦੇ ਦਿਓ, ਬਹੁਤਾ ਨਹੀਂ। 500 ਰੁਪਈਆ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤਾ। ਮਾਤਾ ਨਾਨਕੀ ਜੀ ਦੇ ਨਾਂ 'ਤੇ ਰਜਿਸਟਰੀ ਹੋਈ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ, ਇਸ ਕਰਕੇ ਜਗ੍ਹਾ ਦਾ ਪੁਰਾਣਾ ਨਾਮ ਜਿਹੜਾ ਸਰਕਾਰੀ ਕਾਗਜ਼ਾਂ 'ਚ ਹੈ ਚੱਕ ਮਾਤਾ ਨਾਨਕੀ ਅਨੰਦਪੁਰ ਸਾਹਿਬ ਦਾ ਪਹਿਲਾਂ, ਉਸ ਤੋਂ ਪਹਿਲਾਂ ਮਾਖੋਵਾਲ ਹੈ, ਫਿਰ ਇਹਦਾ ਨਾਮ ਹੈ ਚੱਕ ਮਾਤਾ ਨਾਨਕੀ, ਬਾਅਦ 'ਚ ਇਹਨੂੰ ਕਹਿੰਦੇ ਅਨੰਦਪੁਰ ਸਾਹਿਬ। ਸੋ ਇਹ ਜਿਹੜੀ ਜਗ੍ਹਾ ਹੈ ਰਾਜੇ ਤਾਰਾ ਚੰਦ ਦੀ ਰਾਣੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਟਾ ਕੀਤੀ ਸੀ, ਉੱਥੇ ਅਨੰਦਪੁਰ ਸਾਹਿਬ ਵਸਿਆ। ਦੀਪ ਚੰਦ ਵੀ ਸ਼ਰਧਾ ਰੱਖਦਾ ਰਿਹਾ, ਉਹਦਾ ਪੁੱਤਰ ਭੀਮ ਚੰਦ ਜਦੋਂ ਰਾਜਾ ਬਣਿਆ ਨਾ ਉਹ ਵਿਰੋਧੀ ਬਣ ਗਿਆ ਵੀ ਗੁਰੂ ਸਾਹਿਬ ਦੀ ਚੜ੍ਹਤ ਵੇਖ ਕੇ ਹੀ, ਅਤੇ ਵੈਰੀ ਬਣ ਗਏ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਸੋਚਦੇ ਵੀ ਬੇਗਾਨੇ ਪੁੱਤਰਾਂ ਦਾ ਮੂੰਹ ਚੁੰਮਣ ਦਾ ਕੀ ਫਾਇਦਾ, ਇਹਨਾਂ ਨੂੰ ਰਾਜ ਦਵਾ ਵੀ ਦਿੱਤਾ, ਇਹਨਾਂ ਨੇ ਕੋਈ ਸਾਡਾ ਸ਼ੁਕਰਾਨਾ ਥੋੜਾ ਕਰਨਾ, ਇਹ ਕਹਿਣਗੇ ਅਸੀਂ ਤਾਂ ਪਹਿਲਾਂ ਹੀ ਰਾਜੇ ਸੀਗੇ। ਰਾਜਪੂਤ ਸਦਾਵੇਂ ਆਪ ਸਿਪਾਹੀ, ਅਸੀਂ ਤਾਂ ਸਿਪਾਹੀ ਸੀ, ਲੜਾਕੇ ਸੀ, ਸੂਰਬੀਰ ਸੀ, ਰਾਜਪੂਤ ਸੀ, ਅਸੀਂ ਤਾਂ ਆਪੇ ਹੀ ਰਾਜ ਲੈ ਲਿਆ, ਇਹ ਨਹੀਂ ਕਹਿਣਾ ਵੀ ਸਾਨੂੰ ਗੁਰੂ ਕਲਗੀਧਰ ਨੇ ਦਿੱਤਾ। ਹਾਂਜੀ, ਓਏ ਕਹੈ ਕਦੋ ਗੁਰ ਦਈ ਪਤ ਸਾਹੀ, ਹੰਕਾਰ ਇਹਨਾਂ ਨੂੰ ਆਪਣੀ ਰਾਜਪੂਤੀ ਦਾ, ਤੇ ਇਹ ਕਹਿਣਗੇ ਵੀ ਸਾਨੂੰ ਗੁਰੂ ਨੇ ਨਹੀਂ ਦਿੱਤਾ, ਗੁਰੂ ਨੇ ਕੀ ਦਿੱਤਾ, ਅਸੀਂ ਤੇ ਆਪ ਹੀ ਰਾਜੇ ਬਣ ਗਏ। ਅਬ ਦਈਐ ਪਤ ਸ਼ਾਹੀ ਗਰੀਬਨ ਉਠਾਏ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਹੁਣ ਇਹਨਾਂ ਨੂੰ ਨਹੀਂ ਗਰੀਬਾਂ ਨੂੰ ਰਾਜ ਦਿਆਂਗੇ, ਗਰੀਬਾਂ ਨੂੰ, ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਪੀ ਨਹੀਂ ਕਦਾਹੀ,
ਉਨਹੀਂ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਹਾਂਜੀ, ਵੈ ਜਾਣੈ ਗੁਰ ਦਈ ਹੈ ਮਾਏ, ਉਹ ਸਮਝਣਗੇ ਸ਼ੁਕਰਾਨਾ ਕਰਨਗੇ ਕਿ ਸਾਨੂੰ ਗੁਰੂ ਕਲਗੀਆਂ ਵਾਲੇ ਨੇ ਬਾਦਸ਼ਾਹੀਆਂ ਤੇ ਸਰਦਾਰੀਆਂ ਦਿੱਤੀਆਂ ਨੇ। ਦੋਹਰਾ ਦਈ ਚੀਜ਼ ਚਾਹੇ ਗਰੀਬ ਕਹੋ, ਕਿਉਂ ਅਤ ਦਈਐ ਅਖਾਏ। ਹਾਂ, ਕਹਿੰਦੇ ਗਰੀਬ ਨੂੰ ਚੀਜ਼ ਦੇਣੀ ਚਾਹੀਦੀ ਹੈ ਜਿਹੜਾ ਉਸ ਦੀ ਕਦਰ ਵੀ ਕਰਦਾ, ਉਹਨੂੰ ਸਾਂਭਦਾ ਵੀ ਹੈ, ਉਹਦਾ ਸ਼ੁਕਰਾਨਾ ਵੀ ਕਰਦਾ। ਹਾਂਜੀ, ਯਹ ਦਯਾਵਾਨ ਘਰ ਗੁਰੂ ਕੋ ਅਰ ਗਰੀਬ ਨਿਵਾਜ ਅਵਾਏ। ਨਾਲੇ ਗੁਰੂ ਨਾਨਕ ਦਾ ਘਰ ਗਰੀਬ ਨਿਵਾਜਾਂ ਦਾ ਘਰ ਹੈ, ਤੇ ਜੇ ਅਸੀਂ ਗਰੀਬਾਂ ਨੂੰ ਨਾ ਨਿਵਾਜਿਆ ਤੇ ਰਾਜਿਆਂ ਨੂੰ ਰਾਜ ਦੇ ਦਿੱਤਾ, ਰਾਜਿਆਂ ਨੂੰ ਰਜਾਣ ਦਾ ਕੀ ਫਾਇਦਾ ਹੋਇਆ। ਹਾਂਜੀ, ਚਾਉ ਪਈ ਸੱਤ ਸਨਾਤ ਔ ਬਾਰਹ ਜਾਤ। ਸੱਤ ਸਨਾਤਾਂ ਨੇ ਤੇ ਬਾਰਾਂ ਜਾਤਾਂ ਨੇ, ਇੱਕ ਪੁਰਾਣੇ ਬਜ਼ੁਰਗਾਂ ਨੇ ਜਿਵੇਂ ਮੰਨਿਆ, ਸੱਤ ਛੋਟੀਆਂ ਸਨਾਤ ਕਹਿੰਦੇ ਨੀਵੀਆਂ ਜਾਤਾਂ ਨੂੰ, ਤੇ ਬਾਰਾਂ ਵੱਡੀਆਂ ਜਾਤਾਂ ਨੇ। ਜਾਨ ਨਹਿ ਰਾਜਨੀਤ ਕੀ ਬਾਤ, ਇਹ ਜਿਹੜੀਆਂ ਜਾਤਾਂ ਨੇ, ਬਾਰਾਂ ਜਾਤਾਂ ਤੇ ਸੱਤ ਸਨਾਤਾਂ, ਇਹ ਰਾਜਨੀਤੀ ਨਹੀਂ ਜਾਣਦੀਆਂ। ਜੱਟ ਬੂਟ ਕਹਿ ਜਿਹੇ ਜਗ ਮਾਹੀ, ਜਿਨ੍ਹਾਂ ਨੂੰ ਲੋਕ ਜੱਟ ਬੂਟ ਕਹਿੰਦੇ ਆ, ਵੀ ਇਹ ਰਾਜਨੀਤੀ ਨਹੀਂ ਸਮਝਦੇ। ਬਣੀਏ ਬਕਾਲ ਕਿਰਾੜ ਖੱਤਰੀ ਸਦਾਈ, ਬਾਣੀਏ ਬਕਾਲ ਕਿਰਾੜ ਖੱਤਰੀ, ਇਹ ਜਾਤਾਂ ਜਿਹੜੀਆਂ ਉਸ ਵੇਲੇ ਛੋਟੀਆਂ ਸਮਝਣ ਲੱਗ ਪਏ ਸੀ, ਵੀ ਇਹ ਲੋਕ ਜਿਹੜੇ ਨੇ ਗਰੀਬ ਨੇ, ਇਹਨਾਂ ਨੂੰ ਕੀ ਪਤਾ ਰਾਜਨੀਤੀ ਕੀ ਹੁੰਦੀ ਹੈ, ਰਾਜ ਕੀ ਹੁੰਦਾ। ਮੁਗਲ ਇਹਨਾਂ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੇ। ਲੁਹਾਰ ਤਰਖਾਣ ਹੁਤ ਜਾਤ ਕਮੀਨੀ, ਲੁਹਾਰ ਤੇ ਤਰਖਾਣ ਜਿਨ੍ਹਾਂ ਨੂੰ ਕੰਮੀ ਕਮੀਨੀ ਸਮਝੇ, ਵੀ ਕੰਮ ਕਰਨ ਵਾਲੇ ਨੇ, ਇਹ ਕੀ ਜਾਣਦੇ ਰਾਜ ਭਾਗ ਕੀ ਹੁੰਦਾ। ਛੀਪੋ ਕਲਾਲ ਨੀਚਨ ਪੈ ਕਿਰਪਾ ਕੀਨੀ, ਛੀਂਬੇ ਤੇ ਕਲਾਲ, ਛੀਂਬੇ ਜਿਹੜੇ ਕੱਪੜਾ ਰੰਗਦੇ ਆ, ਜੁਲਾਏ ਜਿਹੜੇ ਕੱਪੜਾ ਬੁਣਦੇ ਆ, ਕਲਾਲ ਹੁੰਦੇ ਜਿਹੜੇ ਸ਼ਰਾਬ ਕੱਢਦੇ, ਗਰੀਬ ਜਾਤ ਹੁੰਦੀ ਆ ਕਲਾਲਾਂ ਦੀ, ਸ਼ਰਾਬ ਕੱਢ ਕੇ ਆਪਣਾ ਗੁਜ਼ਾਰਾ ਕਰਦੇ। ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਸੁਲਤਾਨੁਲ ਕੌਮ ਉਸੇ ਬਰਾਦਰੀ ਚੋਂ ਪੈਦਾ ਹੋਏ। ਸੋ ਕਲਾਲ ਨੀਚਨ ਪੈ ਕਿਰਪਾ ਕੀਨੀ, ਇਹਨਾਂ ਨੀਵਿਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੁੱਠ ਪਏ ਹਨ, ਕਿਰਪਾ ਕਰ ਰਹੇ ਨੇ ਖਾਲਸੇ ਤੇ। ਗੁੱਜਰ ਗਵਾਰ ਹੀਰ ਕਮ ਜਾਤ, ਗੁੱਜਰ ਜਿਹੜੇ ਗਊਆਂ ਪਾਲ ਕੇ ਗੁਜ਼ਾਰਾ ਕਰਦੇ ਨੇ, ਗਵਾਰ ਜਾਤੀ ਗੂਜਰੀ ਜਾਤ, ਗਵਾਰ ਜਾਂ ਸੋ ਪਾਇਆ ਆਪਣਾ, ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੁੰਦਾ ਡੰਗਰਾਂ ਤੋਂ ਬਿਨਾਂ ਦੁੱਧ ਚੋ ਲੈਣਾ, ਪੱਠੇ ਪਾ ਲੈਣੇ, ਇਹੀ ਪਤਾ ਹੁੰਦਾ। ਗੁੱਜਰ ਗਵਾਰ ਤੇ ਹੀਰ ਕਮ ਜਾਤ, ਅਹੀਰ ਜਿਨ੍ਹਾਂ ਵਿੱਚ ਗਵਾਲੇ ਕਹੇ ਜਾਂਦੇ, ਅਹੀਰ ਤੇ ਕਮਜਾਤ ਨੀਵੀਆਂ ਜਾਤਾਂ ਸਾਰੀਆਂ ਹੀ। ਕੰਬੋਏ ਸੂਦਨ ਕੋਈ ਪੁੱਛੈ ਨਾ ਬਾਤ, ਕੰਬੋ ਤੇ ਸੂਦਨ ਜਿਨ੍ਹਾਂ ਨੂੰ ਕੋਈ ਪੁੱਛਦਾ ਹੀ ਨਹੀਂ ਹੈ। ਝੀਵਰ ਨਾਈ ਅਰੋੜੇ ਘੁਮਿਆਰ, ਝੀਵਰ ਤੇ ਨਾਈ ਅਰੋੜੇ ਤੇ ਘੁਮਿਆਰ ਜਿਹੜੇ ਭਾਂਡੇ ਮਿੱਟੀ ਦੇ ਬਣਾਉਂਦੇ ਨੇ। ਸਾਇਨੀ ਸੁਨਿਆਰੇ ਚੂੜੇ ਚਮਿਆਰ, ਸੋਇਨੀ ਸੁਨਿਆਰੇ ਸੋਨੇ ਦਾ ਕੰਮ ਕਰਨ ਵਾਲੇ ਤੇ ਚੂੜੇ ਤੇ ਚਮਿਆਰ। ਭੱਟ ਔ ਬਾਹਮਣ ਹੁਤੇ ਮੰਗਵਾਰ, ਭੱਟ ਤੇ ਬਾਹਮਣ ਜਿਹੜੇ ਮੰਗ ਕੇ ਖਾਂਦੇ ਨੇ। ਬਹੁ ਰੂਪੀਏ ਲੋਬਾਣੇ ਔ ਘੁਮਿਆਰ, ਬਹੁ ਰੂਪੀਏ ਜਿਹੜੇ ਉਹ ਕਈ ਭੇਸ ਬਣਾ ਕੇ ਫਿਰਦੇ ਨੇ, ਜਿਹੜੇ ਕਦੀ ਕੁਛ ਪਠਾਨ ਬਣ ਜਾਂਦੇ, ਕਦੀ ਪੁਲਿਸ ਵਾਲੇ ਬਣ ਜਾਂਦੇ, ਬਹੁ ਰੂਪੀਏ ਤੇ ਬਹੁ ਰੂਪੀਏ ਲੁਬਾਣੇ ਲੂਣ ਦਾ ਵਪਾਰ ਕਰਨ ਵਾਲੇ, ਇਸੇ ਤਰ੍ਹਾਂ ਹੀ ਉਹ ਘੁਮਿਆਰ ਜਿਹੜੀਆਂ ਜਾਤਾਂ ਨੇ। ਇਨ ਗਰੀਬ ਸਿੰਘਾਂ ਕੋ ਦਈਐ ਪਾਤਸ਼ਾਹੀ, ਇਹਨਾਂ ਗਰੀਬ ਸਿੰਘਾਂ ਨੂੰ ਬਾਦਸ਼ਾਹੀ ਦੇ ਦਈਏ, ਆਖੋ ਸਤਨਾਮ ਸਿਰੇ ਵੈ। ਇਹ ਜਿੰਨੀਆਂ ਜਾਤਾਂ ਨੀਵੀਆਂ ਗਿਣੀਆਂ ਗਈਆਂ, ਜਿਨ੍ਹਾਂ ਨੂੰ ਕੋਈ ਰਾਜ ਦੇ ਵਿੱਚ ਗੱਲ ਕਰਨ ਦਾ ਅਧਿਕਾਰ ਨਹੀਂ ਸੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਇਹਨਾਂ ਨੂੰ ਪਾਤਸ਼ਾਹੀਆਂ ਦੇ ਦਈਏ। ਹੁਣ ਇਹ ਯਾਦ ਰੱਖੈ ਹਮਰੀ ਗੁਰਿਆਈ, ਇਹ ਯਾਦ ਰੱਖਣਗੇ ਕਿ ਸਾਡਾ ਕੋਈ ਗੁਰੂ ਹੋਇਆ ਸੀ, ਗੁਰੂ ਗੋਬਿੰਦ ਸਿੰਘ, ਜਿਹਨੇ ਸਾਨੂੰ ਨਿਵਾੜਿਆਂ ਨੂੰ ਮਾਣ ਦਿੱਤਾ ਹੈ। ਤਾਂ ਸੱਤ ਸੱਤ ਗੁਰ ਸਿੱਖ ਲਲਕਾਰੇ, ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਨੇ ਸਾਰੇ ਸੰਸਾਰ ਦੇ ਉਹਨਾਂ ਨੀਵੀਆਂ ਜਾਤਾਂ ਦੇ ਸਿੱਖਾਂ ਨੂੰ ਬੁਲਾ ਕੇ ਲਲਕਾਰਿਆ, ਵੰਗਾਰਿਆ।
ਫੜੋ ਸ਼ਸਤਰਨ ਲਿਹੋ ਤੁਰਕਣ ਮਾਰੇ। ਮਹਾਰਾਜ ਕਹਿਣ ਲੱਗੇ ਓ ਸ਼ਸਤਰ ਫੜੋ, ਸ਼ਸਤਰ ਫੜ ਕੇ ਖੰਡਾ ਫੜ ਕੇ ਮੈਦਾਨੇ ਜੰਗ ਚ ਨਿਤਰੋ, ਤੁਰਕਾਂ ਨੂੰ ਮਾਰ ਕੇ ਰਾਜ ਖੋਲੋ। ਦੋਹਰਾ ਤਉ ਸਿੱਖਣ ਨੇ ਨਹਿ ਮੰਨਿਓ, ਤੁਰਕਣ ਤੇ ਖੌਫ ਕੀਨ। ਪਰ ਗਲਗੀਧਰ ਪਾਤਸ਼ਾਹ ਦੀ ਗੱਲ ਉਹ ਗਰੀਬ ਕਿਵੇਂ ਸਮਝ ਸਕਦੇ ਸਨ, ਉਹ ਡਰ ਗਏ, ਖੌਫ ਖਾ ਗਏ। ਤੁਰਕਾਂ ਦਾ ਹੈ ਐਡਾ ਵੱਡਾ ਤੁਰਕਾਂ ਦਾ ਰਾਜ, ਅਸੀਂ ਖੋ ਲਾਂਗੇ, ਇਹ ਹੋ ਹੀ ਨਹੀਂ ਸਕਦਾ। ਵਿਚਾਰਿਆਂ ਨੇ ਜਿਨ੍ਹਾਂ ਨੇ ਕਦੀ ਨੰਗੀ ਕਰਦ ਨਹੀਂ ਸੀ ਪਕੜੀ, ਉਹ ਕਿਰਪਾਨਾਂ ਫੜ ਕੇ ਕਿਵੇਂ ਲੜ ਸਕਦੇ ਸਨ। ਭਾਈ ਦਇਆ ਰਾਮ ਜੀ ਦੇ ਬਿਆਨ ਨੇ ਜਾਤ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੀ ਨਹੀਂ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਊਂ, ਮੁਗਲਨ ਸੇ ਕੈਸੇ ਲੜ ਪਾਊਂ। ਹਾਂਜੀ, ਉਨ ਪਹਿ ਫੌਜਾਂ ਅਤ ਘਣੀ, ਕਬ ਛੋਡੈ ਰਾਜ ਜ਼ਮੀਨ। ਉਹਨਾਂ ਕੋਲ ਤੇ ਬੜੀਆਂ ਫੌਜਾਂ ਨੇ, ਉਹ ਕਦੋਂ ਰਾਜ ਛੱਡ ਦੇਣਗੇ, ਕਦੋਂ ਸਾਨੂੰ ਜ਼ਮੀਨਾਂ ਦੇ ਦੇਣਾ। ਜ਼ਮੀਨਾਂ ਦਾ ਬੰਦੇ ਬਹਾਦਰ ਨੇ ਜਿਹੜੀਆਂ ਨੇ ਕਾਸ਼ਤਕਾਰਾਂ ਦੇ ਨਾਂ ਲਾਈਆਂ ਨੇ। ਸਦੀਆਂ ਤੋਂ ਜ਼ਮੀਨਾਂ ਸਰਕਾਰ ਦੀਆਂ ਸਨ, ਚੌਧਰੀਆਂ ਦੀਆਂ ਸਨ, ਕਾਸ਼ਤਕਾਰ ਦੇ ਵਿਚਾਰੇ ਉੱਥੇ ਹਲ ਵਾਹੁੰਦੇ ਹੀ ਮਰ ਜਾਂਦੇ ਸੀ, ਇੱਕ ਟਾਈਮ ਦੀ ਰੋਟੀ ਮਿਲਦੀ ਸੀ, ਭੁੱਖੇ ਸੌਂਦੇ ਸੀ। ਕਾਸ਼ਤਕਾਰ ਨੂੰ ਨਹੀਂ ਸੀ ਕੁਝ ਮਿਲਿਆ ਕਰਦਾ, ਬੁਰੇ ਹਾਲ ਸੀ ਕਿਸਾਨਾਂ ਦੇ। ਅਤੇ ਇਹਦੇ ਬਾਬੇ ਬੰਦੇ ਬਹਾਦਰ ਨੇ ਆਖਿਆ, ਜਿਹਦੀ ਜ਼ਮੀਨ ਹੈ ਉਹ ਮਾਲਕ, ਜਿਹਦੇ ਹਲ ਜਿੱਥੇ ਜਿਹਦਾ ਹਲ ਵਗ ਰਿਹਾ, ਹਲ ਜਿੰਨੀ ਹਲ ਦੇ ਉੱਤੇ ਥੱਲੇ ਜ਼ਮੀਨ ਹੈ ਉਹਦੀ ਹੈ, ਭਾਵੇਂ 5 ਕਿੱਲੇ ਆ, ਭਾਵੇਂ 10 ਹੈ, ਭਾਵੇਂ 20 ਹੈ। ਇਸ ਤਰ੍ਹਾਂ ਖਾਲਸਾ ਜੀ, ਇਹ ਤਾਂ ਕਲਗੀਧਰ ਦੀਆਂ ਬਖਸ਼ਾਂ ਹੋਈਆਂ। ਪਹਿਲਾਂ ਤਾਂ ਜ਼ਮੀਨਾਂ ਸਰਕਾਰੀਆਂ ਚੌਧਰੀਆਂ ਦੀਆਂ ਹੁੰਦੀਆਂ ਸਨ। ਹਾਂਜੀ, ਜਾਉ ਪਈ ਤਉ ਸਿੱਖਣ ਜਾਉ ਮੰਨੀ ਨਾ ਬਾਤ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਹ ਗੱਲ ਲੋਕਾਂ ਨੂੰ ਸਮਝ ਨਾ ਆਈ, ਉਹ ਨੀਵੀਆਂ ਜਾਤਾਂ ਦੇ ਲੋਕ ਡਰ ਗਏ, ਕਹਿੰਦੇ ਬਾਬਾ ਜੀ ਇਹ ਕੰਮ ਨਹੀਂ ਹੁੰਦਾ ਸਾਡੇ ਤੋਂ, ਹਮ ਤੇ ਤੁਰਕ ਕਬ ਮਾਰੇ ਜਾਤ। ਅਸੀਂ ਗਰੀਬ ਲੋਕ, ਸਾਨੂੰ ਤਾਂ ਡੰਡਾ ਨਹੀਂ ਫੜਨਾ ਹੁੰਦਾ, ਉਹ ਤੋਪਾਂ ਦੇ ਮਾਲਕ, ਖਜ਼ਾਨਿਆਂ ਦੇ ਮਾਲਕ, ਫੌਜਾਂ ਦੇ ਲਸ਼ਕਰਾਂ ਦੇ, ਉਹਨਾਂ ਨਾਲ ਕਿਵੇਂ ਯੁੱਧ ਕਰਾਂਗੇ, ਕਿਵੇਂ ਮਾਰਾਂਗੇ ਅਸੀਂ। ਅਸੀਂ ਚਿੜੀਆਂ ਵੈ ਸਾਨੀ ਬਾਜ, ਉਹ ਅਸੀਂ ਤੇ ਚਿੜੀਆਂ ਤੇ ਉਹ ਬਾਜ ਨੇ। ਹਮ ਛੇਲਾ ਵੈ ਬਗਿਆੜਨ ਸਾਜ, ਅਸੀਂ ਛੇਲੇ ਆ ਤੇ ਉਹ ਬਗਿਆੜ ਨੇ। ਤੁਮ ਮ੍ਰਿਗਣ ਤੇ ਕਿਮ ਸ਼ੇਰ ਮਰਵਾ, ਮਹਾਰਾਜ ਤੁਸੀਂ ਸਾਡੇ ਹਿਰਨਾਂ ਕੋਲੋਂ ਸ਼ੇਰਾਂ ਨੂੰ ਕਿਵੇਂ ਮਰਵਾਓਗੇ। ਲੌਤੀ ਕੋ ਪਾਣੀ ਮਗਰੀ ਪਰ ਚੜਾਵੋ, ਮਹਾਰਾਜ ਲੌਤੀ ਦਾ ਪਾਣੀ ਮਗਰੀ ਪਰ ਚੜਾਵੋ, ਇਹ ਕਹਾਵਤ ਹੈ ਪੁਰਾਣੀ, ਪਹਾੜੀ ਬੋਲੀ ਹੈ। ਲੌਤੀ ਕਹਿੰਦੇ ਛੋਟੀਆਂ ਛੋਟੀਆਂ ਨਦੀਆਂ ਨੂੰ, ਜਿਹੜੀਆਂ ਉੱਤੋਂ ਪਹਾੜ ਤੋਂ ਨਿੱਕੇ ਨਿੱਕੇ ਝਰਨੇ ਡਿੱਗਦੇ ਆ ਨਾ, ਇੱਕ ਤਾਂ ਹੁੰਦੀ ਵੱਡੀ ਨਦੀ ਗੰਗਾ, ਜਮਨਾ ਜਾਂ ਸਤਲੁਜ ਬਿਆਸਾ, ਇੱਕ ਹੁੰਦੇ ਛੋਟੇ ਛੋਟੇ ਦਰਿਆ, ਛੋਟੇ ਛੋਟੇ ਖਾਲਾਂ, ਬਰਸਾਤੀ ਨਾਲੇ। ਮਹਾਰਾਜ ਉਹ ਜਿਹੜੀ ਲੌਤੀ ਹੁੰਦੀ ਹੈ, ਉਹਦਾ ਪਾਣੀ ਵਾਪਸ ਪਹਾੜ 'ਤੇ ਚੜ੍ਹਨ ਲੱਗੇ, ਉੱਤੋਂ ਥੱਲੇ 'ਤੇ ਆ ਜਾਂਦਾ, ਉਹ ਤਾਂ ਆਉਂਦਾ ਹੀ ਆਉਂਦਾ, ਪਰ ਥੱਲਿਓਂ ਪਾਣੀ ਨਦੀ ਦਾ, ਲੌਤੀ ਦਾ, ਪ੍ਰਣਾਲੇ ਦਾ ਉੱਪਰ 'ਤੇ ਨਹੀਂ ਨਾ ਚੜ੍ਹਿਆ ਕਦੀ, ਅਸੀਂ ਤਾਂ ਛੋਟੇ ਛੋਟੇ ਪ੍ਰਣਾਲੇ ਹਾਂ। ਅਤੇ ਮਹਾਰਾਜ ਤੁਸੀਂ ਸਾਨੂੰ ਵਾਪਸ ਪਹਾੜ 'ਤੇ ਚਾੜ੍ਹਨਾ ਚਾਹੁੰਦੇ ਹੋ, ਉਹ ਮੁਗਲਾਂ ਦੀ ਬਾਦਸ਼ਾਹੀ ਨਾਲ ਲੜਾਉਣਾ ਚਾਹੁੰਦੇ ਹੋ, ਕਦੀ ਨਹੀਂ ਹੋ ਸਕਦਾ। ਵਾਹੋ ਆਦ ਸਿਪਾਹੀ ਮੁਗਲ ਪਠਾਨ, ਉਹ ਮੁਗਲ ਪਠਾਨ ਮੁੱਢ ਦੇ ਕਦੀਮੀ ਸੂਰਮੇ ਹਨ, ਲੜਾਕੇ ਹਨ। ਹਮ ਜੱਟ ਬੂਟ ਨਾਈ ਤਰਖਾਨ, ਅਸੀਂ ਜੱਟ ਬੂਟ ਨਾਈ ਤਰਖਾਨ, ਮਹਾਰਾਜ ਛੋਟੇ ਛੋਟੇ ਕੰਮ ਕਰਨ ਵਾਲੇ ਬੰਦੇ ਹਾਂ। ਤੁਮ ਟੋਲੇ ਸਭ ਜਾਤ ਕਮੀਨ, ਮਹਾਰਾਜ ਤੁਸੀਂ ਜਿਹੜੇ ਲੱਭੇ ਹੋ, ਸਾਨੂੰ ਲੱਭਿਆ, ਅਸੀਂ ਤੇ ਕਮੀਨੀਆਂ ਜਾਤਾਂ ਦੇ, ਤੁਸੀਂ ਸਾਨੂੰ ਕਿਵੇਂ ਉਹਨਾਂ ਦੇ ਬਰਾਬਰ ਖੜੇ ਕਰਨਾ ਚਾਹੁੰਦੇ ਹੋ। ਉਤੇ ਜੋ ਸਭ ਸ਼ਸਤਰਨਹੀਨ, ਨਾਲੇ ਸਾਡੇ ਤਾਂ ਪਿਓ ਦਾਦੇ ਨੇ ਕਦੀ ਡੰਡਾ ਨਹੀਂ ਫੜ ਕੇ ਕੋਈ ਵੇਖਿਆ, ਉੱਥੇ ਉਹ ਸ਼ਸਤਰ ਖਾਨਦਾਨੀ ਫੜਦੇ ਹਨ। ਲਲਕਾਰੋ ਰਾਜਪੂਤ ਹੈ ਰਾਜੋ, ਮਹਾਰਾਜ ਤੁਸੀਂ ਰਾਜਪੂਤੀ ਰਾਜਿਆਂ ਨੂੰ ਲਲਕਾਰੋ,
ਉਹ ਰਾਜਸਥਾਨ ਦੇ ਨੇ ਅਤੇ ਭਾਵੇਂ ਪਹਾੜ ਦੇ ਨੇ ਭਾਵੇਂ ਕਿਤੋਂ ਦੇ ਨੇ, ਰਾਜਪੂਤ ਲੜਾਕੇ ਨੇ, ਉਹਨਾਂ ਨੂੰ ਅੱਗੇ ਕਰ ਦਿਓ। ਜੋ ਸਵਾਰ ਹੈ ਤੁਮਰੋ ਕਾਜਾ ਹੈ, ਉਹ ਤੁਹਾਡਾ ਕੰਮ ਸਵਾਰਨਗੇ ਰਾਜਪੂਤ ਜਿਹੜੇ ਲੜਾਕੇ ਹਨ। ਦੋਹਰਾ ਤਾਉ ਸ੍ਰੀ ਸਤਿਗੁਰ ਸੋਚਿਓ ਕਿਆ ਜਹ ਸਿੱਖਣ ਕੀਨ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦੂਰੋਂ ਦੇ ਸਨ, ਲੋਕਾਂ ਦੀ ਆਵਾਜ਼ ਸਮਝ ਗਏ, ਲੋਕਾਂ ਦੀ ਗੱਲ ਸੁਣ ਕੇ ਸੋਚਦੇ ਕੀ ਕਰ ਲੈਣਗੇ, ਇਹਨਾਂ ਦੇ ਅੰਦਰ ਹੌਸਲਾ ਹੀ ਨਹੀਂ, ਇਹਨਾਂ ਦੇ ਅੰਦਰ ਦਲੇਰੀ ਨਹੀਂ, ਆਪਣੀ ਪਾਵਰ ਨੂੰ ਸਮਝਦੇ ਨਹੀਂ ਹੈ। ਹਾਂਜੀ, ਹਮ ਚਾਹੁੰਦੇ ਪਾਤਸ਼ਾਹੀ ਸਿੱਖਣ ਉਹਨਾਂ ਨਾਹੇ ਨਾਹੇ ਕੀ, ਅਸੀਂ ਇਹਨਾਂ ਨੂੰ ਪਾਤਸ਼ਾਹੀਆਂ ਦਿੰਦੇ ਨਾ ਨਾ ਕਰਦੇ, ਅਸੀਂ ਰਾਜ ਦਿੰਦੇ ਰਾਜ ਤੋਂ ਨਾ ਇਨਕਾਰ ਕਰਦੇ। ਚਾਉ ਪਈ ਹੁਤੋ ਗੁਰੂ ਸ੍ਰੀ ਜਾਣੀ ਜਾਣ, ਸ੍ਰੀ ਕਲਗੀਧਰ ਮਹਾਰਾਜ ਜਾਣੀ ਜਾਣ ਸਨ, ਸਭੇ ਵਿਧੀ ਗੁਰੂ ਲਈ ਪਛਾਣ, ਸਭ ਗੱਲ ਪਛਾਣ ਲਈ, ਸਮੇਂ ਦੀ ਨਬਜ ਨੂੰ ਜਾਗਤ ਨੂੰ ਸਮਝਦੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਜਹ ਚਰਨ ਪਹੁਲ ਹੈ ਸ਼ਾਂਤ ਸਰੂਪ, ਇਹ ਵੀ ਜਾਣ ਗਏ ਵੀ ਜਿਹੜੀ ਇਹਨਾਂ ਨੂੰ ਪੌਲ ਦਿੱਤੀ ਹੈ ਨਾ, ਇਹ ਚਰਨ ਪੌਲ ਹੈ, ਤੇ ਜਦੋਂ ਚਰਨ ਧੋ ਕੇ ਪੀਂਦਾ ਨਾ ਸਿੱਖ, ਉਹਦੇ ਮਨ ਚ ਨਿਮਰਤਾ ਆ ਜਾਂਦੀ, ਨੀਵਾਂ ਹੋ ਜਾਂਦਾ ਮਨ, ਮਨ ਨੀਵਾਂ ਤੇ ਮਤ ਉੱਚੀ, ਗੁਰਮਤ ਦਾ ਸਿਧਾਂਤ ਹੈ। ਅਸੀਂ ਇਹਨਾਂ ਨੂੰ ਚਰਨ ਪੌਲ ਦਿੰਦੇ ਹਾਂ, ਇਹ ਸਾਡੇ ਚਰਨਾਂ ਨੂੰ ਜਦੋਂ ਧੋ ਕੇ ਪੀਂਦੇ, ਇਹਨਾਂ ਦੇ ਮਨ 'ਚ ਨਿਮਰਤਾ ਆ ਜਾਂਦੀ ਹੈ, ਇਹਨਾਂ ਦੇ ਅੰਦਰ ਦਲੇਰੀ ਵੀਰਤਾ ਨਹੀਂ ਜਾਗਦੀ। ਤੇਜ ਨਾਹੇ ਨਹਿ ਜਹ ਮਾਹੇ ਅਨੂਪ, ਇਹਨਾਂ ਵਿੱਚ ਤੇਜ ਨਹੀਂ ਆਉਂਦਾ, ਸ਼ਕਤੀ ਨਹੀਂ ਆਉਂਦੀ, ਨਿਮਰਤਾ ਤਾਂ ਆਉਂਦੀ ਹੈ ਪਰ ਨਾਲ ਹੁਣ ਲੋੜ ਤੇਜ ਦੀ ਹੈ, ਹੁਣ ਨਿਮਰਤਾ ਨਾਲ ਗੁਜ਼ਾਰਾ ਨਹੀਂ ਹੋਣਾ, ਹੁਣ ਤਾਂ ਤੇਜ ਸ਼ਕਤੀ ਬਲ ਚਾਹੀਦਾ ਹੈ। ਦੋਹਰਾ ਸਹੇਲੀ ਟੋਪੀ ਸਿਰ ਧਰੈ ਦਾਸ ਹੈ ਨਾਮ ਕਹਾਏ, ਸਿਰ ਤੇ ਸਹੇਲੀ ਟੋਪੀ ਰੱਖਦੇ ਆ ਉਦਾਸੀ ਸੰਤਾਂ ਦਾ, ਜੋ ਬਾਣਾ ਬਾਬਾ ਸ੍ਰੀ ਚੰਦ ਜੀ ਦੀ ਸੰਪਰਦਾਇ ਦਾ, ਇਹ ਪਹਿਲਾਂ ਗੁਰੂ ਘਰ 'ਚ ਪ੍ਰਚਲਿਤ ਸੀਗਾ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਤੱਕ ਉਹੀ ਬਾਣਾ ਰਿਹਾ, ਛੇਵੇਂ ਪਾਤਸ਼ਾਹ ਨੇ ਦਸਤਾਰ ਸਜਾਈ, ਪਰ ਸਿੱਖਾਂ ਦਾ ਲਿਬਾਸ ਉੱਦਾਂ ਦਾ ਹੀ ਸਾਦਾ ਸੀਗਾ। ਉਹ ਸਹੇਲੀ ਟੋਪੀ, ਸਹੇਲੀ ਉੱਨ ਦੀ ਹੁੰਦੀ ਹੈ, ਕਾਲੇ ਕਾਲੀ ਉੱਨ ਦੀ, ਉਹ ਗਲ 'ਚ ਜਨੇਊ ਦੀ ਤਰ੍ਹਾਂ ਪਾਈ ਹੁੰਦੀ ਹੈ, ਟੋਪੀ ਸਿਰ 'ਤੇ ਪਾਣੀ, ਇਹ ਜਿਹੜਾ ਸਾਧਾਂ ਵਾਲਾ ਭੇਸ ਹੈ, ਅਤੇ ਨਾਲੇ ਆਪਣੇ ਆਪ ਨੂੰ ਦਾਸ ਘੁਆਉਂਦੇ ਹੈ, ਕਿਸੇ ਦਾ ਨਾਂ ਹਰੀਦਾਸ, ਕਿਸੇ ਦਾ ਨਾਂ ਕੋਈ ਹੋਰ, ਸਿੰਘਾਂ ਵਾਲੇ ਨਾਮ ਨਹੀਂ ਹੈਗੇ ਇਹਨਾਂ ਦੇ, ਇਹਨਾਂ ਦੇ ਨਾਮ ਤੋਂ ਹੀ ਦਾਸਤਾ ਝਲਕਦੀ ਹੈ। ਉਤੇ ਦਇਆ ਮਦ ਰੂਪ ਬਹੁ ਇਮ ਨਹਿ ਸ਼ਸਤਰ ਫੜਾਏ, ਔਰ ਇਹਨਾਂ ਦੇ ਵਿੱਚ ਦਇਆ ਦਾ ਭਾਵ ਜ਼ਿਆਦਾ, ਇਹ ਤਾਂ ਇੰਨੇ ਡਰ ਜਾਂਦੇ ਆ, ਕੀੜੀ ਮਰ ਜਾਏ ਤੇ ਕਹਿੰਦੇ ਪਾਪ ਹੋ ਗਿਆ, ਇਹ ਕਿਵੇਂ ਸ਼ਸਤਰ ਫੜਨਗੇ, ਕਿਵੇਂ ਯੁੱਧ ਕਰਨਗੇ। ਚਾਉ ਪਈ ਅਬ ਸਿੱਖਣ ਰੂਪ ਪਲਟਾਈਆ, ਹੁਣ ਇਹਨਾਂ ਦਾ ਰੂਪ ਪਲਟੀਏ, ਹੁਣ ਇਹਨਾਂ ਦੇ ਵਿੱਚ ਵੀਰਤਾ ਦਾ ਸੰਚਾਰ ਕਰੀਏ। ਤੇਜ ਧਾਰੀ ਜਿਮ ਲੱਖ ਭਾਉ ਖਾਈਆ, ਇਹੋ ਜਿਹੇ ਬਣਾ ਦਈਏ ਵੀ ਇਹਨਾਂ ਨੂੰ ਵੇਖ ਕੇ ਲੱਖਾਂ ਲੱਖਾਂ ਡਰਨ ਲੱਗ ਜਾਣ, ਕੱਲਾ ਕੱਲਾ ਸਿੰਘ ਸ਼ੇਰਾਂ ਦਾ ਰੂਪ ਧਾਰਨ ਕਰ ਲਵੇ, ਐਸਾ ਖਾਲਸੇ ਨੂੰ ਰੂਪ ਦੇ ਦਈਏ, ਸੱਚੇ ਪਾਤਸ਼ਾਹ ਸੋਚਦੇ ਹੈ। ਤੇਜ ਨਾਮ ਕੋ ਇਨੈ ਧਰਈਐ, ਇਹਨਾਂ ਦੇ ਨਾਮ 'ਚ ਵੀ ਤੇਜ ਰਸ, ਵੀਰ ਰਸ ਹੋਵੇ, ਸਿੰਘ ਨਾਮ ਸ਼ੇਰ ਦਾ, ਸਿੰਘ ਦਾ ਨਾਮ ਸੁਣ ਕੇ ਅਗਲਾ ਘਬਰਾ ਜਾਂਦਾ ਵੀ ਹਾਂ ਸ਼ੇਰ ਆ ਗਿਆ, ਤੋ ਐਸਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਰੂਪ ਰੱਖੀਏ, ਨਾਮ ਵੀ ਰੱਖੀਏ। ਕਰ ਪਾਹੁਲ ਇਹਨੇ ਤੇਜ ਪਿਲਈਆ, ਤੇਜ ਵਾਲੀ ਜਿਹੜੀ ਪਾਹੁਲ ਹੈ ਨਾ ਖੰਡੇ ਦੀ, ਉਹ ਬਣਾ ਕੇ ਛਕਾਈਏ ਹੁਣ ਇਹਨਾਂ ਨੂੰ। ਜੋ ਸਤਿਗੁਰ ਸ੍ਰੀ ਚਿਤ ਲਇਓ ਧਾਰ, ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਫੁਰਨਾ ਕਰ ਲਿਆ। ਸੋ ਉਦਮ ਕੀਓ ਗੁਰੂ ਵਿਚਾਰ, ਉਹ ਉਦਮ ਕੀਤਾ ਸ੍ਰੀ ਕਲਗੀਧਰ ਜੀ ਨੇ, ਛਤਰੀ ਰੂਪ ਸੁੰਦਰ ਅਤ ਲਾਗੇ, ਐਸਾ ਰੂਪ ਬਣਾਈਏ ਛਤਰੀ ਧਰਮ ਹੋਵੇ,
ਸੋਹਣਾ ਰੂਪ ਹੋਵੇ ਦੇਖਣ ਵਾਲੇ ਦੇ ਪ੍ਰਭਾਵ ਜਬਾ ਪਵੇ ਅਗਲਾ ਡਰ ਜਾਏ ਵੇਖ ਕੇ ਇਹ ਰੂਪ ਹੋਵੇ ਕੇਸ ਸੀਸ ਸਿਰ ਬੰਦ ਹੈ ਪਾਗੇ ਸਿਰ ਤੇ ਕੇਸ ਦਾੜਾ ਹੋਵੇ ਤੇ ਸਿਰ ਤੇ ਦੁਮਾਲੇ ਦਸਤਾਰੇ ਸਜੇ ਹੁਣ ਪੱਗਾਂ ਬੰਨੀਆਂ ਹੋਣ ਤੇ ਅਗਲਾ ਵੇਖ ਕੇ ਸਰਦਾਰ ਜੀ ਕਵੇ ਹਾਂਜੀ ਨਾਮ ਸਿੰਘ ਹੁਤੋ ਛਤਰਨ ਕੇਰੋ ਆ ਛਤਰੀਆਂ ਦੇ ਜਿਹੜੇ ਨਾਮ ਸੀਗੇ ਰਾਜਪੂਤਾਂ ਦੇ ਉਹ ਸਿੰਘ ਸੀਗੇ ਪਹਿਲਾਂ ਮਹਾਰਾਣਾ ਪ੍ਰਤਾਪ ਸਿੰਘ ਰਾਜਾ ਮਾਨ ਸਿੰਘ ਰਾਜਾ ਜੈ ਸਿੰਘ ਉਹ ਰਾਜਪੂਤ ਹੀ ਸਿੰਘ ਕੋ ਆ ਸਕਦੇ ਸੀ ਬਾਕੀ ਕੋਈ ਸਿੰਘ ਨਹੀਂ ਸੀ ਕੋ ਆ ਸਕਦਾ ਨੀਵੀਆਂ ਜਾਤਾਂ ਵਾਲਿਆਂ ਨੂੰ ਅਧਿਕਾਰ ਨਹੀਂ ਸੀ ਸਿੰਘ ਕੋਲ ਬ੍ਰਾਹਮਣ ਵੀ ਸਿੰਘ ਨਹੀਂ ਸੀ ਕੋ ਆਉਂਦੇ ਕਿਉਂਕਿ ਬ੍ਰਾਹਮਣ ਜਿਹੜੇ ਸੀ ਉਹ ਆਪਣੇ ਆਪ ਨੂੰ ਸ਼ਾਂਤਮਈ ਬਿਰਤੀ ਵਾਲੇ ਵਿਦਵਾਨ ਸਮਝ ਕੇ ਇੱਕ ਪਾਸੇ ਕਰੀ ਬੈਠੇ ਸੀ ਦੂਜਾ ਵਰਗ ਸੀ ਛੱਤਰੀ ਰਾਜਪੂਤਾਂ ਦਾ ਉਹ ਸਿੰਘ ਕੋ ਆਉਂਦੇ ਸੀ ਪਰ ਉਹਨਾਂ 'ਚ ਹੰਕਾਰ ਸੀ ਵੀ ਅਸੀਂ ਸਿੰਘ ਹਾਂ ਅਸੀਂ ਹੁਣ ਕਿਸੇ ਦੀ ਕੀ ਪਰਵਾਹ ਕਰਨੀ ਹੈ ਮੁਗਲਾਂ ਨਾਲ ਉਹਨਾਂ ਦੀ ਸੁਲਾ ਸਫਾਈ ਸੀ ਰਾਜ ਕਰੀ ਜਾਂਦੇ ਸੀ ਗਰੀਬ ਵਰਗ ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਚੁੱਕਣਾ ਹੈ ਉਹਨਾਂ ਨੂੰ ਦਾਸ ਇੱਦਾਂ ਦੇ ਨਾਮਾਂ ਨਾਲ ਯਾਦ ਕੀਤਾ ਜਾਂਦਾ ਸੀ ਚੰਦ ਦਾਸ ਉਹ ਵਿਚਾਰਿਆਂ ਦੇ ਮਨ 'ਚ ਉੱਦਾਂ ਦੇ ਡਰਾਕਲ ਦੇ ਭਾਵ ਸੀਗੇ ਹੁਣ ਕਹਿੰਦੇ ਇਹਨਾਂ ਦੇ ਨਾਮ ਵੀ ਸਿੰਘਾਂ ਵਾਲੇ ਰੱਖ ਦਈਏ ਰਾਜਿਆਂ ਵਾਲੇ ਰੱਖ ਦਈਏ ਸ੍ਰੀ ਗੁਰ ਜਾਣਿਓ ਯਹੀ ਭਲੇਰੋ ਇਸ 'ਚ ਭਲਾ ਹੈ ਵੀ ਇਹਨਾਂ ਦੇ ਨਾਮ ਸਿੰਘਾਂ ਵਾਲੇ ਰੱਖੀਏ ਹੁਣ ਰਾਜਿਆਂ ਵਾਲੇ ਖੰਡਾ ਪਾਹੁਲ ਚਿਤ ਮਦ ਠਟੀ ਹੁਣ ਮਹਾਰਾਜ ਨੇ ਸੋਚ ਲਿਆ ਵੀ ਖੰਡੇ ਦੀ ਪੌਲ ਛਕਾਵਾਂਗੇ ਹਿਮ ਹੋਵੋ ਗੋ ਖਾਲਸਾ ਹੱਠੀ ਇਹ ਤਾਂ ਖਾਲਸਾ ਹੱਠੀ ਹਠੀਲਾ ਸੂਰਬੀਰ ਯੋਧਾ ਪੰਥ ਹੋਵੇਗਾ ਪੜੇ ਪਾਤਸ਼ਾਹੀ ਇਮ ਇਮ ਇਨ ਖੋਏ ਆ ਜਿਹੜੀ ਬਾਦਸ਼ਾਹਾਂ ਦੀ ਪਾਤਸ਼ਾਹੀ ਹੈ ਇਹ ਫਿਰ ਪੱਟ ਕੇ ਸੁੱਟ ਦੇਣਗੇ ਖਾਰੇ ਸਮੁੰਦਰ ਵਿੱਚ ਹੰਨੇ ਹੰਨੇ ਹਮ ਪਾਤਸ਼ਾਹੇ ਹੋਏ ਇਹਨਾਂ ਦੇ ਅੰਦਰ ਇਹ ਗੱਲ ਪਾ ਦਿਆਂਗੇ ਵੀ ਹੰਨੇ ਹੰਨੇ ਸਾਡਾ ਰਾਜ ਹੋਣਾ ਸਾਡੀ ਮੀਰੀ ਹੋਣੀ ਹੈ ਹੰਨੇ ਹੰਨੇ ਇਨਕੀ ਮੀਰੀ ਇਹ ਪੰਥ ਪ੍ਰਕਾਸ਼ ਦੇ ਬਚਨ ਨੇ ਹੰਨੇ ਹੰਨੇ ਦਾ ਮਤਲਬ ਹੈ ਘੋੜੇ ਦੀ ਕਾਠੀ ਤੇ ਬੈਠਾ ਸਿੰਘ ਤੇ ਹੰਨਾ ਫੜਿਆ ਉਹਨੇ ਅਗਲੇ ਪਾਸੇ ਕਾਠੀ ਦਾ ਹੰਨਾ ਹੁੰਦਾ ਉੱਥੇ ਹੀ ਬਾਦਸ਼ਾਹ ਹੰਨੇ ਹੰਨੇ ਉੱਥੇ ਹੀ ਕਹਿੰਦਾ ਮੈਂ ਬਾਦਸ਼ਾਹ ਕੁੱਲ ਦੁਨੀਆ ਦਾ ਮੈਂ ਨਹੀਂ ਕਿਸੇ ਬਾਦਸ਼ਾਹ ਨੂੰ ਮੰਨਦਾ ਐਸੀ ਇਹਨਾਂ ਦੇ ਅੰਦਰ ਸਪਿਰਟ ਭਰ ਦਿਆਂਗੇ ਇਹ ਥਾਂ ਥਾਂ ਤੇ ਆਜ਼ਾਦ ਹੋ ਜਾਣਗੇ ਕਾਨ ਕੂਟ ਵਾਂਗ ਲੋਹੇ ਕਰਾਂ ਔਰ ਇਹ ਜਿਹੜੇ ਨੇ ਲੋਹੇ ਦੀ ਤਰ੍ਹਾਂ ਹੋ ਜਾਣਗੇ ਲੋਹੇ ਦੇ ਬਾਟੇ 'ਚ ਅੰਮ੍ਰਿਤ ਛੱਕ ਕੇ ਲੋਹੇ ਦੇ ਖੰਡੇ ਨਾਲ ਇਹਨਾਂ ਨੂੰ ਐਸੀ ਵੀਰਤਾ ਦੀ ਗੁੜਤੀ ਦਿਆਂਗੇ ਇਹ ਸਰਬ ਲੋਧੀ ਰੱਖੀ ਰੱਛਾ ਹਮਨੇ ਸਰਬ ਲੋਹ ਜੀ ਕੀ ਸਦਾ ਰੱਛਿਆ ਹਮਨੇ ਕਹਿਣਗੇ ਖੰਡੇ ਪਾਹੁਲ ਪੀ ਖੰਡਿਓ ਨਾ ਟਰੈ ਖੰਡੇ ਦੀ ਪਾਹੁਲ ਪੀ ਕੇ ਖੰਡੇ ਤੋਂ ਡਰਨਗੇ ਨਹੀਂ ਖੰਡੇ ਦੇ ਸਾਹਮਣੇ ਖਲੋਣਗੇ ਤੇਗਾਂ ਤਲਵਾਰਾਂ ਛਾਤੀਆਂ ਦੇ ਖਾਣਗੇ ਛਾਤੀਆਂ ਦੇ ਮਾਰਨਗੇ ਦੋਹਰਾ ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੇ ਖੂਬ ਖੁਦਾ ਇਹੋ ਜਿਹਾ ਖਾਲਸਾ ਬਣਾ ਦਿਆਂਗਾ ਜਿਹੜਾ ਖੁਦ ਖੁਦਾ ਹੋਵੇਗਾ ਜਿੰਨੀਆਂ ਖੁਦਾ 'ਚ ਖੂਬੀਆਂ ਨੇ ਓਨੀਆਂ ਮੇਰੇ ਖਾਲਸੇ 'ਚ ਹੋਣਗੀਆਂ ਆਣ ਨਾ ਮਨ ਆਣ ਕੀ ਇੱਕ ਸੱਚੇ ਬਿਨ ਪਾਤਸ਼ਾਹ ਇੱਕ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਨਗੇ ਚਾਓ ਪਈ ਭੂਤ ਪ੍ਰੇਤ ਔ ਮੜੀ ਮਸਾਣ ਇਹ ਭੂਤਾਂ ਪ੍ਰੇਤਾਂ ਮੜੀਆਂ ਮਸਾਣਾਂ ਦੀ ਪੂਜਾ ਨਹੀਂ ਕਰਨਗੇ ਨਹਿ ਮਾਨੋ ਵਹਿ ਗੁੱਗੋ ਸੁਲਤਾਨ ਸੁਲਤਾਨ ਨੂੰ ਗੁੱਗੇ ਨੂੰ ਮੜੀਆਂ ਨੂੰ ਨਹੀਂ ਪੂਜਣਗੇ ਟਿੱਕੋ ਜਨੇਊ ਪਹਿਰੈ ਨਾ ਧੋਤੀ ਔਰ ਨਾ ਪੰਡਤਾਂ ਦਾ ਟਿੱਕੇ ਲਾਣਗੇ ਨਾ ਜਨੇਊ ਪਾਣਗੇ ਨਾ ਧੋਤੀ ਪਾਣਗੇ ਇੱਕ ਸੁਨਹਿਰੇ ਖਾਹੇ ਬਹੁ ਗੋਤੀ ਇੱਕ ਸੁਨਹਿਰੇ ਵਿੱਚ ਇਹ ਖਾਣਗੇ ਜਦੋਂ ਅੰਮ੍ਰਿਤ ਛਕਾ ਜਾਂਦਾ ਨਾ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾਉਣ ਵਾਲੇ ਜਿੰਨੇ ਸਿੰਘ ਛਕਦੇ ਉਹਨਾਂ ਨੂੰ ਸੁਨਹਿਰੀਏ ਭਰਾ ਕਹਿੰਦੇ ਆ ਉਹਨਾਂ ਸੁਨਹਿਰੀਆਂ ਨੂੰ ਇੱਕੋ ਬਾਟੇ 'ਚ ਅੰਮ੍ਰਿਤ ਕੜਾਹ ਪ੍ਰਸ਼ਾਦ ਜਿਹੜੇ ਬਾਟੇ 'ਚ ਪਹਿਲਾਂ ਅੰਮ੍ਰਿਤ ਛਕਾਉਂਦੇ ਜਦੋਂ ਅੰਮ੍ਰਿਤ ਛਕਾ ਲਿਆ ਜਾਂਦਾ ਨਾ ਉਹਦੇ 'ਚ ਹੀ ਕੜਾਹ ਪ੍ਰਸ਼ਾਦ ਪਾ ਕੇ ਸਿੰਘਾਂ ਨੂੰ ਅੱਗੇ ਰੱਖ ਦਿੱਤਾ ਜਾ ਉਦੋਂ ਕਹਿੰਦੇ ਵਿੱਚੋਂ ਖਾਓ ਹੁਣ ਤੁਸੀਂ ਸਾਰੇ ਉਸ ਵੇਲੇ ਸਾਰੇ ਉਸੇ ਬਾਟੇ 'ਚੋਂ ਦੇਗ ਚੱਕ ਕੇ ਛਕਦੇ ਆ ਉਹਨੂੰ ਕਹਿੰਦੇ ਸੁਨਹਿਰੀਏ ਭਰਾ
ਇਹ ਸਾਰੇ ਇੱਕੋ ਬਾਟੇ ਚ ਖਾਣ ਵਾਲੇ ਭਰਾ ਬਣਾ ਦਿਆਂਗਾ। ਦੋਹਰਾ ਇਤਨੀ ਬਾਤ ਵਿਚਾਰ ਕਰ, ਹੁਤੀ ਬਾਤ ਲਈ ਚੀਨ। ਆਉਣ ਵਾਲੇ ਸਮੇਂ ਦੀ ਸਾਰੀ ਗੱਲ ਨੂੰ ਨਜਾਗਤ ਨੂੰ ਸਮਝਿਆ, ਲੋਕਾਂ ਦੇ ਅੰਦਰ ਦੀ ਗੱਲ ਨੂੰ ਸਮਝਿਆ, ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੇ ਬਿਉਂਤਬੰਦੀ ਕੀਤੀ। ਸਤਿਗੁਰ ਬਹਿ ਸ੍ਰੀ ਕੇਸ ਗੜ, ਉਦਮ ਸੋਉ ਕੀਨ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਉਦਮ ਕੀਤਾ। ਸਦ ਪੰਡਤ ਵੱਡ ਜੋਤ ਕੀ ਮਹੂਰਤ ਖੂਬ ਕਢਾਏ। ਚੰਗਾ ਦਿਨ ਨੀਯਤ ਕੀਤਾ ਗਿਆ। ਕਿਹੜਾ ਨੀਯਤ? 1699 ਦੀ ਵਿਸਾਖੀ ਦਾ ਦਿਨ, ਜਿਹਨੂੰ 1756 ਬਿਕਰਮੀ ਦੀ ਵਿਸਾਖੀ ਕਹਿੰਦੇ ਆ। 1699 ਦੀ ਵਿਸਾਖੀ ਦਾ ਦਿਨ ਮਹਾਰਾਜ ਨੇ ਇਹ ਨੀਯਤ ਕੀਤਾ। ਕੀਏ ਭੁਜੰਗੀ ਛਾਂਟ ਪੰਜ, ਪੰਜੇ ਜਾਤ ਗਿਨਾਏ। ਨੰਗੀ ਤੇਗ ਲੈ ਕੇ ਭਰੇ ਦਰਬਾਰ ਚ ਪੰਜ ਸਿੰਘਾਂ ਦੇ ਸਿਰਾਂ ਦੀ ਮੰਗ ਕੀਤੀ। ਕਵੀ ਜੀ ਥੋੜਾ ਸੰਖੇਪ ਵਿੱਚ ਲਿਖ ਰਹੇ ਨਾ, ਕਥਾ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ। ਵਾਰੀ ਵਾਰੀ ਸਿੰਘ, ਪੰਜ ਸਿੰਘ ਆਏ, ਪੰਜ ਭੁਜੰਗੀ। ਭੁਜੰਗੀ ਸ਼ਬਦ ਬਾਰੇ ਕਈਆਂ ਨੂੰ ਸ਼ੰਕਾ ਅੱਜ ਕੱਲ੍ਹ ਬੜਾ ਕਰਦੇ ਹੈ। ਭੁਜੰਗੀ ਕਹਿੰਦੇ ਆ ਸੱਪ ਦੇ ਬੱਚੇ ਨੂੰ, ਫਨੀ ਹਰਨ। ਦੋ ਹੀ ਚੀਜ਼ਾਂ ਖਤਰਨਾਕ ਹੁੰਦੀਆਂ ਜੇ, ਇੱਕ ਸੱਪ ਇੱਕ ਸ਼ੇਰ, ਦੋ ਹੀ ਖਤਰਨਾਕ ਹੁੰਦੇ ਆ। ਸਿੰਘ ਨਾਮ ਜੋੜਤਾ ਇਹ ਸ਼ੇਰ ਦਾ ਵਾਚਕ ਹੈ, ਸਾਡੇ ਸਾਰਿਆਂ ਦੇ ਨਾਲ ਸਿੰਘ ਲੱਗਾ ਹੋਇਆ, ਇਹ ਸ਼ੇਰ ਦਾ ਵਾਚਕ ਹੈ। ਭੁਜੰਗੀ ਮਹਾਰਾਜ ਨੇ ਆਪਣੇ ਜਦੋਂ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਅਤੇ ਉਸ ਤੋਂ ਬਾਅਦ ਔਰੰਗਜ਼ੇਬ ਨੂੰ ਚਿੱਠੀ ਲਿਖੀ ਹੈ ਜ਼ਫਰਨਾਮਾ, ਹਜ਼ੂਰ ਨੇ ਲਿਖਿਆ, ਤੂੰ ਇਹ ਸਮਝਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਚਾਰ ਬੱਚੇ ਮਾਰੇ ਗਏ ਨੇ, ਕੰਮ ਠੰਡਾ ਪੈ ਗਿਆ ਨਹੀਂ, ਕਿ ਬਾਕੀ ਬੇਮਾਂ ਦਾ ਸਤਵਾ ਪੇਚੀ ਦਾ ਮਾਰ, ਪੇਚੀ ਦਾ ਕੁੰਡਲ ਪਾ ਕੇ ਮਾਰ ਕਹਿੰਦੇ ਸੱਪ। ਫਾਰਸੀ 'ਚ ਵੀ ਸੱਪ ਨੂੰ ਮਾਰ ਕਹਿੰਦੇ ਆ, ਅਤੇ ਪਸਤੋ ਵਿੱਚ ਵੀ ਮਾਰ ਕਹਿੰਦੇ ਆ। ਇਹ ਜਿਹੜਾ ਮੇਰਾ ਮਾਰ ਫਨੀਅਰ ਨਾਕ ਖਾਲਸਾ ਜੀ ਹੁੰਦਾ ਹੈ, ਇਹ ਤੇਰੇ ਅੱਗੇ ਅੰਗਿਆਰ ਵਿਛਾ ਦੇਗਾ, ਤੇਰਾ ਨਾਸ ਕਰ ਦੇਗਾ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ। ਇਹ ਭੁਜੰਗੀ ਸ਼ਬਦ ਪੰਥ ਵਿੱਚ ਸਿੰਘਾਂ ਵਾਸਤੇ, ਨੌਜਵਾਨਾਂ ਵਾਸਤੇ, ਸੂਰਮਿਆਂ ਵਾਸਤੇ, ਲੜਾਕਿਆਂ ਵਾਸਤੇ ਵਰਤਿਆ ਜਾਂਦਾ। ਜਿਵੇਂ ਫਨੀਅਰ ਨਾਗ ਫੁੰਕਾਰਾਂ ਮਾਰ ਕੇ ਕੰਮ ਫਤਿਹ ਕਰ ਦਿੰਦਾ, ਇੱਦਾਂ ਇਹ ਗੁਰੂ ਕੇ ਸਿੰਘ ਭੁਜੰਗੀ। ਇੱਕ ਹੋਰ ਗੱਲ ਹੈ, ਭੁਜੰਗੀ ਛੋਟੇ ਇਹਨੂੰ ਕਹਿੰਦੇ ਆਪਾਂ, ਅਤੇ ਸੱਪ ਦਾ ਜਿਹੜਾ ਬੱਚਾ ਹੁੰਦਾ ਨਾ, ਛੋਟਾ ਸਪੋਲੀਆ, ਉਹ ਕਹਿੰਦੇ ਜੇ ਕਿਸੇ ਨੂੰ ਡੰਗ ਮਾਰਦੇ ਉਹਦਾ ਮੰਤਰ ਵੀ ਕੋਈ ਨਹੀਂ ਚੱਲਦਾ, ਵੱਡੇ ਦਾ ਤਾਂ ਇਲਾਜ ਹੋ ਜਾਂਦਾ, ਡੰਗੇ ਵੱਡੇ ਸੱਪ ਦਾ ਡੰਗਿਆਂ ਦਾ ਬਚ ਜਾਵੇ, ਛੋਟੇ ਦੇ ਡੰਗੇ ਦਾ ਨਹੀਂ ਬਚਦਾ। ਕਰਗੀਧਰ ਕਹਿੰਦੇ ਜਿਹੜਾ ਮੇਰਾ ਛੋਟਾ ਪੁੱਤਰ ਹੈ ਨਾ ਖਾਲਸਾ, ਇਹਦੇ ਡੰਗ ਤੋਂ ਔਰੰਗਜ਼ੇਬ ਤੂੰ ਬਚਣਾ ਕੋਈ ਨਹੀਂ। ਸੋ ਉਸ ਤੋਂ ਇਹ ਭੁਜੰਗੀ ਸ਼ਬਦ ਖਾਲਸੇ ਦੀ ਵਰਤਿਆ ਜਾਂਦਾ। ਸਿੰਘਾਂ ਦੇ ਬੱਚੇ ਨੂੰ ਮੁੰਡਾ ਨਹੀਂ ਕਹਿੰਦੇ, ਮੁੰਡਾ ਨਹੀਂ ਕਹਿੰਦੇ, ਮੁੰਡਾ ਦਾ ਮਤਲਬ ਹੈ ਜਿਹਦਾ ਸਿਰ ਮੂੰਹ ਮੁੰਡਿਆ ਹੋਵੇ। ਇਸ ਕਰਕੇ ਜੇ ਕਿਸੇ ਦੇ ਬੱਚੇ ਨੂੰ ਆਪਾਂ ਕਹਿ ਦਿੰਦੇ ਸੀ ਨਾ, ਅੱਜ ਤੋਂ 50-60 ਸਾਲ ਪਹਿਲਾਂ, ਕਿਸੇ ਸਿੰਘ ਦੇ ਬੱਚੇ ਨੂੰ ਉਹ ਮੁੰਡਿਆ, ਉਹ ਪਿਓ ਵੀ ਲੜ ਪੈਂਦਾ ਸੀ, ਉਹ ਮੇਰੇ ਬੱਚੇ ਨੂੰ ਮੁੰਡਾ ਨਹੀਂ ਕਹਿਣਾ, ਭੁਜੰਗੀ ਕਹਿ। ਜੇ ਮੁੰਡਾ ਹੋ ਗਿਆ ਤਾਂ ਫਿਰ ਮੁੰਡੇ 'ਤੇ ਹੋ ਜਾਏਗਾ ਨਾ, ਅਤੇ ਹੁਣ ਆਪਾਂ ਮੁੰਡਾ ਕਹਿਣ ਲੱਗ ਪਏ, ਉਹ ਆਪੇ ਹੀ ਮੁੰਡੇ 'ਤੇ ਹੋ ਗਏ ਸਾਰੇ, ਸਿਰ ਮੂੰਹ ਮਨਾ ਗਏ। ਸੋ ਭੁਜੰਗੀ ਸ਼ਬਦ ਖਾਲਸੇ, ਪੰਜ ਭੁਜੰਗੀ ਨਿੱਤਰੇ ਕਿਹੜੇ ਕਿਹੜੇ? ਭਾਈ ਦਇਆ ਸਿੰਘ ਸਾਹਿਬ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਹਾਂਜੀ, ਚਾਉ ਪਈ ਪੰਜ ਭੁਜੰਗੀ ਲਏ ਉਠਾਏ। ਪੰਜ ਭੁਜੰਗੀ ਕੱਢੇ ਹਨ ਮਹਾਰਾਜ ਨੇ ਤੇਗ ਦੀ ਧਾਰ ਦੇ ਉੱਤੇ। ਹਾਂਜੀ, ਚਾਰੇ ਵਰਨ ਇੱਕ ਕੀਏ ਭਰਾਏ। ਚਾਰ ਵਰਨਾਂ ਦੇ ਇਹ ਸਾਰੇ ਇੱਕ ਭਰਾ ਬਣਾ ਦਿੱਤੇ ਨੇ। ਪ੍ਰਥਮ ਦਇਆ ਸਿੰਘ ਸੋਫਤੀ ਜਾਤ। ਪਹਿਲਾਂ ਭਾਈ ਦਇਆ ਸਿੰਘ ਜੀ ਲਾਹੌਰ ਸੋਫਤੀ, ਇਹਨਾਂ ਦਾ ਗੋਤ ਹੈ, ਖੱਤਰੀ ਜਾਤੀ ਵਿੱਚੋਂ ਨੇ। ਬਸਤ ਲਾਹੌਰ ਹੁਤੇ ਬਖਿਆਤ। ਇਹ ਸਭ ਤੋਂ ਪਹਿਲਾਂ ਆਏ ਨੇ ਇਸ ਲਾਹੌਰ ਦੇ ਰਹਿਣ ਵਾਲੇ ਸੀਸ ਦੇਣ ਵਾਸਤੇ। ਦੂਜੇ ਧਰਮ ਸਿੰਘ ਹਸਤਨਾਪੁਰ ਵਾਸੀ। ਦੂਜਾ ਸੀਗਾ
ਹਸਤਨਾਪੁਰ ਦਾ ਭਾਈ ਧਰਮ ਸਿੰਘ, ਉਤੋਂ ਜੱਟ ਸਿਵ ਜੱਟੋ ਪ੍ਰਕਾਸ਼ੀ। ਇਹ ਜੱਟ ਦਾ ਵੰਸ਼ ਸੀ, ਇਹਦਾ ਧੰਨਾ ਦਾ ਧੰਨੇ ਜੱਟ ਦਾ ਜੋ ਪਰਿਵਾਰ ਹੈ ਉਸ ਵੰਸ਼ ਵਿੱਚ ਕਹਿੰਦੇ ਦਾ ਜਨਮ ਹੋਇਆ। ਤੀਜੇ ਮੋਹਕਮ ਸਿੰਘ ਦਵਾਰਕਾ ਜਾਇਓ, ਦੂਜੇ ਤੀਜੇ ਸੀ ਭਾਈ ਮੋਹਕਮ ਸਿੰਘ ਦਵਾਰਕਾ ਤੋਂ ਆਏ। ਨਾਮ ਦੇਵ ਅਵਤਾਰ ਸੋ ਆਇਓ, ਸਮਝੋ ਨਾਮਦੇਵ ਜੀ ਦੀ ਵੰਸ਼ ਵਿੱਚ ਛੀਂਬੇ ਸਨ। ਚੌਥੇ ਨਾਈ ਸਾਹਿਬ ਸਿੰਘ ਜੋ, ਚੌਥੇ ਨਾਈ ਬਰਾਦਰੀ ਚੋਂ ਭਾਈ ਸਾਹਿਬ ਸਿੰਘ ਜੀ ਹੋਏ ਨੇ। ਸੈਨ ਭਗਤ ਜਹ ਰਹਿਤੇ ਸੋ, ਜੋ ਸੈਨ ਨਾਈ ਦਾ ਪਰਿਵਾਰ ਹੈ ਭਗਤ ਸੈਨ ਨਾਈ ਦੀ ਬਾਣੀ ਗੁਰਬਾਣੀ ਵਿੱਚ ਆਉਂਦੀ ਹੈ। ਪੰਚਮ ਹਿੰਮਤ ਸਿੰਘ ਝੀਵਰ ਕਹੀਐ, ਪੰਜਵੇਂ ਭਾਈ ਹਿੰਮਤ ਸਿੰਘ ਝੀਵਰ ਜਾਤੀ ਚੋਂ ਹੋਏ ਨੇ। ਪੰਜ ਭੁਜੰਗੀ ਪੰਜ ਜਾਤ ਲਹੀ, ਇਹ ਪੰਜਾਂ ਜਾਤਾਂ ਚੋਂ ਪੰਜ ਸਿੰਘ ਚੁਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਸੀਸ ਦੇਣ ਵਾਸਤੇ। ਪਾਹੁਲ ਖੰਡੇ ਤਿਆਰ ਕਰਵਾਈ, ਖੰਡੇ ਦੀ ਪਾਹੁਲ ਤਿਆਰ ਕਰਕੇ ਜਲ ਮਦ ਆਣ ਮਿਠਾਈ ਪਾਈ, ਮਾਤਾ ਜੀ ਨੇ ਮਿਠਾਸ ਪਤਾਸੇ ਪਾਏ। ਇਹ ਮਦ ਰਾਖੀ ਕਰਦ ਗਡਾਈ, ਉਹਦੇ ਵਿੱਚ ਕਰਦ ਇਹ ਹੁਣ ਤਾਂ ਮਰਿਆਦਾ ਹੀ ਬਦਲੀ ਜਾਂਦੇ ਆ, ਪਹਿਲੀ ਮਰਿਆਦਾ ਖਾਲਸਾ ਜੀ ਜਦੋਂ ਅੰਮ੍ਰਿਤ ਛਕਾਉਂਦੇ ਪੰਜ ਪਿਆਰੇ, ਸੱਜੇ ਹੱਥ ਵਿੱਚ ਖੰਡਾ ਤੇ ਖੱਬੇ 'ਚ ਕਿਰਪਾਨ, ਉਹ ਵੀ ਬਾਟੇ ਦੇ ਵਿੱਚ ਰੱਖੀ ਜਾਂਦੀ ਸੀਗੀ। ਤਖਤਾਂ 'ਤੇ ਅਜੇ ਵੀ ਮਰਿਆਦਾ ਹੈ, ਪਰ ਆਮ ਜਦੋਂ ਅਸੀਂ ਪੰਜਾਂ ਪਿਆਰਿਆਂ 'ਚ ਨਵੇਂ ਨਵੇਂ ਸਿੰਘਾਂ ਨੂੰ ਲਾਉਂਦੇ ਹਾਂ ਨਾ, ਉਹਨਾਂ ਨੂੰ ਬਹੁਤ ਹੀ ਮਰਿਆਦਾ ਦਾ ਪਤਾ ਨਹੀਂ ਹੁੰਦਾ, ਢਿੱਲ ਵਰਤਾ ਜਾਂਦੇ ਆ। ਖੰਡੇ ਦੇ ਨਾਲ ਕਿਰਪਾਨ ਵੀ ਸੱਚੇ ਪਾਤਸ਼ਾਹ ਜੀ ਨੇ ਸ਼ਕਤੀ ਸਰੂਪ ਜਿਹੜੀ ਹੈ ਉਹ ਬਾਟੇ ਦੇ ਵਿੱਚ ਰੱਖੀ ਛੋਟੀ ਕਿਰਪਾਨ। ਹਾਂਜੀ, ਸਤਿਗੁਰ ਰਾਖੇ ਕਰਦ ਧਾਰੇ ਦਾਏ, ਔਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਕਰਦ ਦਾ ਜਿਹੜਾ ਧਾਰ ਵਾਲਾ ਪਾਸਾ ਹੈ ਨਾ ਆਪਣੇ ਵੱਲ ਰੱਖਿਆ ਤੇ ਖੰਡਾ ਫੇਰਿਆ ਹੈ। ਦੋਹਰਾ ਸ੍ਰੀ ਸਤਿਗੁਰ ਸਤ ਨਾਮ ਰਹੇ ਓ ਕਰਤਾ ਪੁਰਖ ਉਚਾਰ, ਔਰ ਇਹ ਮੂਲ ਮੰਤਰ ਦਾ ਜਾਪ ਜੋ ਮੂਲ ਮੰਤਰ ਹੈ ਏਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਪਹਿਲਾਂ ਹੀ ਮਰਿਆਦਾ ਸੀ ਜਦੋਂ ਚੋਲੇ ਦਿੰਦੇ ਸੀਗੇ, ਅੱਜ ਕੱਲ੍ਹ ਤਾਂ ਆਪਾਂ ਫਤਿਹ ਹੀ ਬੁਲਾਉਂਦੇ ਹਾਂ ਨਾ, ਇੱਕ ਓਅੰਕਾਰ ਇਹ ਮੂਲ ਮੰਤਰ ਨਹੀਂ ਜਪਾਉਂਦੇ। ਪੁਰਾਤਨ ਮਰਿਆਦਾ ਸੀ ਵੀ ਜਿਹਨੂੰ ਅੰਮ੍ਰਿਤ ਦੇਣਾ ਉਹਦੇ ਅੰਮ੍ਰਿਤ ਦੇ ਕੇ ਜਦੋਂ ਕਹਿਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਤੇ ਨਾਲ ਬੋਲਣਾ ਇੱਕ ਓਅੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਇੱਕ ਵਾਰੀ, ਦੂਜਾ ਚੋਲਾ ਦੇਣਾ ਫਿਰ ਨਾਨਕ ਹੋਸੀ ਵੀ ਸੱਚ ਤੱਕ, ਫਿਰ ਤੀਜਾ ਚੋਲਾ, ਪੰਜ ਚੋਲੇ ਇੱਦਾਂ ਦੇ ਕੇ ਪੰਜ ਵਾਰੀ ਮੂਲ ਮੰਤਰ ਜਾ, ਫਿਰ ਨੇਤਰਾਂ 'ਚ ਫਿਰ ਕੇਸਾਂ 'ਚ। ਇਹ ਮਰਿਆਦਾ ਸੀਗੀ, ਸੋ ਉਹ ਭਾਈ ਰਤਨ ਸਿੰਘ ਜੀ ਪੁਰਾਣੀ ਮਰਿਆਦਾ ਜਿਹੜੀ ਸੀ ਉਹ ਲਿਖ ਰਹੇ ਨੇ। ਹਾਂਜੀ, ਅਕਾਲ ਅਕਾਲ ਹੈ ਜਾਪ ਕਰ ਤੋਰੀ ਕਿਰਪਾ ਨਿਜ ਧਾਰ, ਅਕਾਲ ਅਕਾਲ ਦਾ ਜਾਪ, ਸਤਿ ਸ੍ਰੀ ਅਕਾਲ ਦਾ ਜਾਪ ਕਰਨਾ ਖਾਲਸੇ ਨੂੰ ਦੱਸਿਆ। ਅੰਮ੍ਰਿਤ ਵੇਲੇ ਉੱਠ ਕੇ ਸਿੰਘ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਦਾ ਜਕਾਰਾ ਗਜਾਵੇ, ਇਹ ਮਰਿਆਦਾ ਹੁਣ ਕਿਸੇ ਨੂੰ ਨਹੀਂ ਪਤਾ। ਸਭ ਤੋਂ ਪਹਿਲਾਂ ਜਦੋਂ ਸਵੇਰੇ ਉੱਠੇ ਅਤੇ ਐਸਾ ਜਕਾਰਾ ਵੀ ਜਿੱਥੋਂ ਤੱਕ ਆਵਾਜ਼ ਜਾਂਦੀ ਅਗਲੇ ਸੁੱਤੇ ਜਾਗ ਪੈਣ ਵੀ ਸਿੰਘ ਤਿਆਰ ਬਰ ਤਿਆਰ ਹੋ ਗਿਆ, ਇਹ ਮਰਿਆਦਾ ਸੀ। ਹਾਂਜੀ, ਚਾਉ ਪਈ ਪ੍ਰਥਮ ਭਗਉਤੀ ਵਾਰ ਜੋ ਪੌੜੀ, ਜੋ ਪਹਿਲੀ ਪੌੜੀ ਹੈ ਚੰਡੀ ਦੀ ਵਾਰ ਦੀ, ਇਹ ਅਰਦਾਸ ਵਿੱਚ ਪੜ੍ਹੀ ਜਾਂਦੀ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਇਹ ਪੜ੍ਹੀ ਹੈ ਸਤਿਗੁਰਾਂ ਨੇ। ਪੜ ਪ੍ਰਥਮ ਹੈ ਆਪ ਸਤਿਗੁਰ ਜੋੜੀ, ਇਹ ਮਹਾਰਾਜ ਨੇ ਆਪ ਉਚਾਰਨ ਕੀਤੀ, ਇਹ ਕਲਗੀਧਰ ਪਾਤਸ਼ਾਹ ਜੀ ਦੀ ਸ੍ਰੀ ਮੁੱਖ ਵਾਕ ਬਾਣੀ ਹੈ। ਨੌ ਪਾਤਸ਼ਾਹੀਆਂ ਲਇਓ ਧਿਆਏ, ਨੌ ਪਾਤਸ਼ਾਹੀਆਂ ਤੇਗ ਬਹਾਦਰ ਸਿਮਰੀਆ ਘਰ ਨੌਣ ਦਿਆਵੇ ਧਾਏ, ਸਭ ਸਾਈ ਹੋਏ ਸਾਏ, ਨੌ ਗੁਰੂਆਂ ਨੂੰ ਯਾਦ ਕੀਤਾ ਹੈ। ਅਬ ਦਸਮਨ ਪਰ ਹੋਈ ਸਹਾਈ, ਦਸਵੇਂ ਪਾਤਸ਼ਾਹ ਨੇ ਆਖਿਆ ਹੇ ਅਕਾਲ ਪੁਰਖ ਜੀ ਹੁਣ ਮੇਰੇ ਉੱਤੇ ਵੀ ਕਿਰਪਾ ਕਰਿਆ ਜੇ, ਸਹਾਈ ਹੋਇਆ ਜੇ। ਬਹੁੜ ਸਵਈਏ ਬੱਤੀ ਉਚਾਰੇ, ਫਿਰ ਬੱਤੀ ਸਵਈਏ ਜਿਹੜੇ ਸਰਾਪਕ ਸੁਧ ਸਮੂਹ ਸਿਧਾਨ ਕੇ, ਤੇ ਫਿਰ ਦੀਨਣ ਕੀ ਪ੍ਰਤਪਾਲ ਵਾਲੇ ਸਵਈਏ, ਤੇ ਸੱਤ ਸਦੈਵ ਸਰੂਪ ਸੱਤ ਬਿਰਤ, ਇਹ ਸਾਰੇ ਸਵਈਏ
ਪੜੇ ਹਨ। ਸ੍ਰੀ ਸਤਿਗੁਰ ਸ੍ਰੀ ਮੁਖੋਂ ਸਵਾਰੇ, ਮਹਾਰਾਜ ਆਪਣੇ ਮੁਖ ਤੋਂ ਬੀਰਸ ਦੀ ਬਾਣੀ ਪੜੀ ਜਾਂਦੇ ਨੇ। ਤੇਜ ਤੇਜ ਜੋ ਚੰਡੀ ਬਾਣੀ, ਆ ਦੇਖੋ ਨਾ ਸਾਧ ਸੰਗਤ ਜੀ, ਅੱਜ ਕੱਲ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਅੰਮ੍ਰਿਤ ਛਕਾਇਆ ਕਰਾਂਗੇ, ਦਸਮ ਦੀ ਬਾਣੀ ਨਹੀਂ ਪੜ੍ਹਨੀ। ਪਰ ਪੁਰਾਣੇ ਗ੍ਰੰਥ, ਹੁਣ ਭਾਈ ਮਹਤਾਬ ਸਿੰਘ ਦਾ ਪੋਤਰਾ ਲਿਖ ਰਿਹਾ, ਹੁਣ ਮਹਤਾਬ ਸਿੰਘ ਦੀ ਗੱਲ ਮੰਨੀਏ ਕਿ ਇਹਨਾਂ ਦੀ ਮੰਨੀਏ ਅਸੀਂ? ਭਾਈ ਮਹਤਾਬ ਸਿੰਘ ਕੌਣ ਆ ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ? ਉਹਦੇ ਪੋਤਰੇ ਭਾਈ ਰਤਨ ਸਿੰਘ ਜੀ ਲਿਖ ਰਹੇ ਆ, ਤੇਜ਼ ਤੇਜ਼ ਜੋ ਚੰਡੀ ਬਾਣੀ, ਜਿਹੜੀ ਬੀਰਸ ਵਾਲੀ ਬਾਣੀ ਹੈ, ਤੇਜਸਵੀ ਬਾਣੀ ਹੈ, ਉਹ ਸਤਿਗੁਰੂ ਜੀ ਪੜ੍ਹ ਰਹੇ ਨੇ। ਸੋ ਪਾਹੁਲ ਇਹ ਮੱਦੇ ਮੱਦਾ ਠਾਣੀ, ਉਹ ਅੰਮ੍ਰਿਤ ਦੇ ਵਿੱਚ ਪੜ੍ਹੀ ਹੈ ਬਾਣੀ ਤਾਂ ਕਿ ਸਿੰਘਾਂ 'ਚ ਬੀਰ ਰਸ ਆ ਜਾਵੇ। ਤੇ ਇੱਥੇ ਸਵਈਆ ਵੀ ਤਿਰਭੰਗੀ ਛੰਦ ਲਿਖਿਆ, ਖਕ ਖੰਡ ਬਹਿੰਡੰਗ ਖਲ ਦਲ ਖੰਡੰਗ ਅਤਰਨ ਮੰਡੰਗ ਬਰ ਪੰਡੰਗ ਭੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤੇ ਅਮੰਡੰਗ ਭਾਨ ਪ੍ਰਭੰਗ ਸੁਖ ਸੰਤਾਂ ਕਰਨੰਗ ਦੁਰਮਤ ਦਰਣੰਗ ਕਿਲ ਵਿਖਾਰਣੰਗ ਅਸਰਣੰਗ ਜੈ 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 ਕਾਰਨ ਸ੍ਰਿਸ਼ਟਿ ਉਬਾਰਨ ਮਮ ਪ੍ਰਤਪਾਰਨ ਜੈ ਤੇਗੰਗ। ਇਸ ਤਰ੍ਹਾਂ ਦੀ ਬਾਣੀ ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ਗਾਗੜਦੰਗ ਗਾਜੀ ਮਹਾਂ ਗੱਜ ਗਾਜੇ, ਜਿਸ ਨੂੰ ਪੜ੍ਹ ਕੇ ਵੀਰ ਰਸ ਆ ਜਾਵੇ, ਕਾਇਰ ਵੀ ਬਹਾਦਰ ਯੋਧੇ ਬਣ ਜਾਣ, ਉਹ ਬਾਣੀ ਦਸਵੇਂ ਪਾਤਸ਼ਾਹ ਨੇ ਖੰਡੇ ਦੀ ਪੌਲ 'ਚ ਪੜ੍ਹੀ ਹੈ। ਸੋ ਇਹ ਖਾਲਸਾ ਜੀ, ਖੰਡਾ ਹੈ ਹੀ ਦਸਮ ਦੀ ਬਾਣੀ ਵਿੱਚੋਂ। ਜੇਕਰ ਖੰਡੇ ਦਾ ਸਿਧਾਂਤ ਪੜ੍ਹਨਾ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਭਗਤੀ ਦਾ ਸਿਧਾਂਤ ਹੈ, ਸ਼ਕਤੀ ਦਾ ਦਸਮ ਦੀ ਬਾਣੀ ਵਿੱਚ ਹੀ ਹੈ। ਸੋ ਐਵੇਂ ਕਿਸੇ ਦੀਆਂ ਗੱਲਾਂ 'ਚ ਆ ਕੇ ਆਪਣੀ ਪੈਰੀਂ ਕੁਹਾੜਾ ਨਾ ਮਾਰੋ। ਜੇ ਪੰਥ ਖਾਲਸਾ ਰਹਿਣਾ ਤਾਂ ਉਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗੁਰੂ ਗ੍ਰੰਥ ਸਾਹਿਬ, ਇਹਨਾਂ ਗੁਰੂ ਗ੍ਰੰਥ ਸਾਹਿਬਾਂ ਦੀ ਜੋ ਬਾਣੀ, ਉਹਦੇ ਸਿਧਾਂਤ ਅਨੁਸਾਰ ਹੀ ਰਹਿਣਾ ਹੈ। ਅਤੇ ਜੇ ਖਤਮ ਕਰਨਾ ਤਾਂ ਭਾਈ ਤੁਹਾਡੀ ਮਰਜ਼ੀ ਹੈ। ਅਸੀਂ ਆਪ ਹੀ ਆਪਣੇ ਸਿਧਾਂਤ ਹੌਲੇ 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 ਛੱਡੀ ਗਏ, ਅਤੇ ਅੱਜ ਸਾਡੇ ਸਾਹਮਣੇ ਇਹੋ ਜਿਹੀਆਂ ਸਮੱਸਿਆ ਆ ਗਈਆਂ ਵੀ ਸਾਨੂੰ ਅੰਮ੍ਰਿਤ ਦੇ ਵੀ ਕਿੰਤੂ ਪ੍ਰੰਤੂ ਹੋਣ ਲੱਗ ਪਿਆ। ਹਾਂਜੀ, ਤ੍ਰਿਭੰਗੀ ਛੰਦ। ਸੋ ਖਾਲਸਾ ਜੀ, ਹੁਣ ਸਮਾਂ ਹੋ ਚੁੱਕਾ ਹੈ। ਮਹਾਰਾਜ ਅੰਮ੍ਰਿਤ ਛਕਾਇਆ ਦਸਵੇਂ ਪਾਤਸ਼ਾਹ ਜੀ ਨੇ, ਜਦੋਂ ਅੰਮ੍ਰਿਤ ਛਕਾਇਆ ਤੇ ਸਿੰਘਾਂ 'ਚ ਜਿਹੜੇ ਉਹ ਕਹਿੰਦੇ ਸੀ ਨਾ, ਮਹਾਰਾਜ ਅਸੀਂ ਤਾਂ ਗਰੀਬ ਹਾਂ, ਅਸੀਂ ਤਾਂ ਨਾਈ ਛੀਂਬੇ ਹਾਂ, ਅਸੀਂ ਤਾਂ ਛੋਟੇ ਮੋਟੇ ਕੰਮ ਕਰਨ ਵਾਲੇ ਹਾਂ, ਅਸੀਂ ਨਹੀਂ ਜੰਗ ਕਰ ਸਕਦੇ। ਉਹ ਮਹਾਰਾਜ ਨੂੰ ਪੁੱਛਣ ਲੱਗ ਪਏ, ਮਹਾਰਾਜ ਜੀ ਲਾਹੌਰ 'ਤੇ ਪਹਿਲਾਂ ਹਮਲਾ ਕਰੀਏ ਕਿ ਦਿੱਲੀ 'ਤੇ? ਮਹਾਰਾਜ ਕਹਿੰਦੇ, ਕੱਲ੍ਹ ਤਾਂ ਕਹਿੰਦੇ ਸੀ ਵੀ ਅਸੀਂ ਤਾਂ ਕੁਝ ਕਰਨ ਜੋਗੇ ਨਹੀਂ, ਹੁਣ ਕੀ ਹੋ ਗਿਆ? ਮਹਾਰਾਜ ਪਤਾ ਨਹੀਂ ਤੁਸੀਂ ਖੰਡੇ ਦੇ ਬਾਟੇ ਦੇ ਅੰਮ੍ਰਿਤ 'ਚ ਕੀ ਭਰਿਆ ਹੋਇਆ, ਸਾਨੂੰ ਤਾਂ ਖੁਦ ਨਹੀਂ ਪਤਾ ਲੱਗਦਾ ਵੀ ਅਸੀਂ ਪਹਿਲਾਂ ਕੁਝ ਹੋਰ ਬੋਲਦੇ ਸੀ, ਹੁਣ ਸਾਡੀ ਗੱਲ ਹੀ ਕੁਝ ਹੋਰ ਗਈ ਹੈ। ਉਹੀ ਬਹਾਦਰ ਯੋਧੇ ਸਿੰਘ ਨਿਤਰੇ, ਜਿਨ੍ਹਾਂ ਨੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਰਾਜ ਕਰਿਆ ਖਾਲਸਾ ਦਾ ਨਾਰਾ ਦੇ ਕੇ ਦਿੱਲੀ ਲਾਹੌਰ ਦੇ ਬਾਦਸ਼ਾਹ ਬਣਾ ਦਿੱਤਾ, ਉਹ ਪੰਥ ਪ੍ਰਕਾਸ਼ ਵਿੱਚ ਉਹ ਗੱਲ ਹੁਣ ਆਉਣੀ ਹੈ। ਕਿੱਦਾਂ ਕਿੱਦਾਂ ਦੀਆਂ ਮੁਸੀਬਤਾਂ ਉਹਨਾਂ ਨੂੰ ਝੱਲਣੀਆਂ ਵੀ ਪਈਆਂ, ਐਵੇਂ ਸੌਖਾ ਤਾਂ ਪਰੋਸ ਕੇ ਰਾਜ ਤੁਰਕਾਂ ਨੇ ਦੇਣਾ ਨਹੀਂ ਸੀਗਾ, ਪਰ ਉਹ ਸਾਰੇ ਜਫਰ ਜਾਲ ਕੇ ਇੱਕ ਦਿਨ ਖਾਲਸੇ ਦਾ ਝੰਡਾ ਬੁਲੰਦ ਹੋਇਆ ਲਾਹੌਰ ਦੇ ਤਖ਼ਤ 'ਤੇ ਵੀ, ਦਿੱਲੀ ਦੇ ਤਖ਼ਤ 'ਤੇ।